ਅਸਲਾਮ ਵਾਲੇਕੁਮ। ਚੜ੍ਹਦੇ ਪੰਜਾਬ ਤੋਂ ਇੱਕ ਮਾਂ ਜੀ ਹੈ ਜਿਨ੍ਹਾਂ ਨੇ ਅਮੈਰੀਕਾ ਦੇ ਵਿੱਚ ਪੂਰਾ ਪੰਜਾਬੀ ਮਾਹੌਲ ਬਣਾਇਆ ਹੋਇਆ ਹੈ। ਬਹੁਤ ਹੀ ਖੂਬਸੂਰਤ ਮਾਹੌਲ ਹੈ। ਖੈਰ ਪਹਿਲਾਂ ਤਾਂ ਆਪਾਂ ਵੀਡੀਓ ਦੇਖ ਲੈਂਦੇ ਹਾਂ, ਫਿਰ ਕਰਦੇ ਹਾਂ ਗੱਲਬਾਤ। ਗੋ। ਛੋਟੀ ਸੀ ਇਹ ਤੇ ਮੇਰੇ ਨਾਲ ਆ ਗਈ ਤੇ ਬੜੇ ਇੱਕ ਕਮਰਾ ਹੁੰਦਾ ਸੀ। ਸਾਡੇ ਕੋਲ ਕੋਈ ਭਾਂਡਾ ਨਹੀਂ ਸੀ, ਕੁਛ ਨਹੀਂ ਸਾਡੇ ਕੋਲ, ਸਿਰਫ ਛੱਡਣਾ ਸਾਡੇ ਕੋਲ। ਇਹਨੇ ਅੱਧੀ ਲੈ ਲੈਣੀ, ਅੱਧੀ ਮੈਂ ਲੈ ਲੈਣੀ, ਅਸੀਂ ਉਹ ਟਾਈਮ ਕੱਢੇ ਹੋਏ ਆ। ਇੱਕੋ ਬੇਟਾ ਸੀ ਮੇਰਾ ਪਹਿਲ ਪਰੋਠੀ ਦਾ, ਉਹ ਕਹਿੰਦਾ ਸੀ ਮਾਂ ਮੈਂ ਤੈਨੂੰ ਇੱਕ ਵਾਰੀ ਅਮੈਰੀਕਾ ਚਾਹੁੰਦਾ, ਤੈਨੂੰ ਕੰਮ ਨਹੀਂ ਕਰਾਉਂਦਾ, ਤੂੰ ਕਦੇ ਕੰਮ ਨਹੀਂ ਸੀ ਕਦੇ ਕੀਤਾ ਘਰੇ, ਬਾਕੀ ਸਾਰਾ ਕੁਛ ਮਿਲ ਜੂਗਾ, ਕਿ ਬੱਚੇ ਨਹੀਂ ਮਿਲਦੇ। ਇਹ ਤਾਂ ਗੱਲ, ਬਾਕੀ ਮੈਨੂੰ ਮੇਰੇ ਬੱਚੇ ਜਾਪਦੇ ਸਾਰੇ, ਮੈਂ ਬੱਚਿਆਂ ਨੂੰ ਬਹੁਤ ਪਿਆਰ ਕਰਦਾ। ਜਦੋਂ ਮੈਂ ਮਰ ਵੀ ਗਈ ਨਾ, ਮੇਰੇ ਬਟਰ ਵੀ ਨਹੀਂ ਦੱਬਣਾ। ਮੈਂ ਕਿਹਾ ਮੈਨੂੰ ਲਿਆ, ਮੈਂ ਕਿਹਾ ਜਾ ਮੇਰੇ ਕੋਲੇ, ਤੂੰ ਭਾਂਡੇ ਨੀ ਮਾਂਜਣਾ ਅੱਜ ਤੋਂ ਬਾਅਦ। ਮਾਤਾ ਕਹਿੰਦੀ ਅੱਜ ਤੋਂ ਬਾਅਦ ਜੇ ਤੂੰ ਦੇਸ਼ ਵਾਸਤੇ ਤੇ ਖੜਾ ਹੋਇਆ ਭਾਂਡੇ ਮਾਂਜੇ ਤੂੰ ਭਾਂਡੇ ਨਹੀਂ ਖੜਾ। ਵਾਹਿਗੁਰੂ ਆਪੇ ਦਊਗਾ, ਉਹਦਾ ਲੜਨਾ ਛੱਡਿਓ। ਜਿਹਦੇ ਕੋਲ ਨਹੀਂ ਵੀ ਰੋਟੀ ਪੱਕਦੀ, ਪੈਸਾ ਨਹੀਂ ਹੈਗਾ, ਮੈਂ ਤੁਹਾਡੀ ਸੇਵਾ ਕਰੂੰ, ਤਿਆਰ ਮੇਰੇ ਕੋਲ ਆ ਜਾਓ, ਮੈਂ ਤੁਹਾਡੀ ਕਰੂੰਗੀ ਸੇਵਾ। ਆਉਂਦੇ ਮੇਰੇ ਕੋਲ, ਮੇਰੇ ਕੋਲ ਮੁੰਡੇ 5 ਆਏ ਆ, ਮੈਨੂੰ ਕਹਿੰਦੇ ਅਸੀਂ ਇੰਨੇ ਪੈਸੇ ਨਹੀਂ ਦੇ ਸਕਦੇ, ਅਸੀਂ $300 ਤੁਹਾਨੂੰ ਮਹੀਨੇ ਦੇ ਸਕਦੇ ਹਾਂ, ਸਾਨੂੰ 15 ਰੋਟੀਆਂ ਰੋਜ਼ ਦੀਆਂ, ਸਵੇਰ ਅਤੇ ਸ਼ਾਮ ਦੀਆਂ ਸਾਨੂੰ ਰੋਟੀ। ਮੈਂ ਕੋਈ ਨਾ, ਮੈਂ ਕਿਹਾ ਨਹੀਂ ਦੇ ਸਕਦੇ, ਤੁਸੀਂ ਇਹ ਵੀ ਨਾ ਦੇ ਕੇ ਜਾਇਆ ਕਰੋ, ਤੁਸੀਂ ਰੋਟੀ ਲੈ ਜਾਇਆ ਕਰੋ ਮੇਰੇ ਕੋਲ, ਕੋਈ ਗੱਲ ਨਹੀਂ। ਕਹਿੰਦੇ ਨਹੀਂ ਆਂਟੀ, ਤੁਹਾਨੂੰ ਅਸੀਂ ਇੰਨੇ ਪੈਸੇ ਦੇਵਾਂਗੇ, ਤੁਸੀਂ ਸਾਨੂੰ ਰੋਟੀ ਜ਼ਰੂਰ ਦੇ ਦਿਆ ਕਰੋ, ਇੱਕ ਦਿਨ ਨਹੀਂ ਹੋਣਾ, ਅਸੀਂ ਸਾਰੀ ਜ਼ਿੰਦਗੀ ਤੁਹਾਡੇ ਕੋਲ ਰੋਟੀ ਖਾਣੀ ਆ। ਮੈਂ ਕਿਹਾ ਸਾਰੀ ਜ਼ਿੰਦਗੀ ਫ੍ਰੀ ਖਾ ਲਉਂਗੇ, ਤਾਂ ਵੀ ਕੋਈ ਗੱਲ ਨਹੀਂ। ਉਹਨਾਂ ਦੇ ਅਡਿਆਨਾ ਤੋਂ ਸੀ ਕਿ ਕੈਲੀਫੋਰਨੀਆ ਤੋਂ ਸੀ? ਕੈਲੀਫੋਰਨੀਆ ਤੋਂ। ਮੈਂ ਚੱਲ, ਮੈਂ ਕੀ ਕਰ ਤੂੰ ਇੱਥੇ ਪਿਆ? ਕਹਿੰਦਾ ਮੈਂ ਮਰਨ ਲੱਗਾ। ਮੈਂ ਕਿਹਾ ਨਾ ਮੇਰੇ ਪੁੱਤ, ਇਹ ਕੰਮ ਨਾ ਤੂੰ ਕਰ, ਤੂੰ ਆ ਜਾ, ਤੂੰ ਮਰਨਾ, ਤੂੰ ਕਿਉਂ ਮਰਨਾ? ਕਹਿੰਦਾ ਮਾਂ ਮੇਰੇ ਕੋਲ ਕੰਮ ਨਹੀਂ, ਮੇਰੇ 4 ਧੀਆਂ ਨੇ, ਮੇਰੇ ਬੱਚੇ ਆ, ਮੈਂ ਕੀ ਕਰਾਂ, ਮੈਨੂੰ ਕੰਮ ਨਹੀਂ ਕੋਈ ਮਿਲਦਾ, ਮੇਰੇ ਰਿਸ਼ਤੇਦਾਰ ਮੈਨੂੰ ਤੰਗ ਕਰਦੇ ਆ। ਮੈਂ ਕਿਹਾ ਤੇਰੀ ਟਿਕਟ ਮੈਂ ਰੱਖਦੀ ਹਾਂ, ਤੂੰ ਉੱਠ ਖੜ ਇੱਥੋਂ। ਉਹਦੀ ਮਾਂ ਦਾ ਫੋਨ ਚੜ੍ਹਦੇ, ਸਾਡੇ ਝੋਪੜੀ 'ਚ ਇੱਕ ਸਾਧ ਰਹਿੰਦਾ ਹੁੰਦਾ ਸੀ, ਉਹਦੀ ਲੱਤਾਂ ਹੈ ਨਹੀਂ ਸੀਗੀਆਂ, ਉਹ ਕਿਸਰਕੇ ਸਿਰਕੇ ਤੁਰਦਾ ਹੁੰਦਾ ਸੀ, ਅਤੇ ਮੇਰੇ ਘਰਦਿਆਂ ਨੇ ਕਹਿਣਾ, ਕਿਉਂਕਿ ਮੇਰੀ ਜਿਹੜੀ ਮਾਤਾ ਜੀ ਸੀ ਨਾ, ਉਹਦੀ ਅੱਖਾਂ ਹੈ ਨਹੀਂ ਸੀਗੀਆਂ, ਅੱਖਾਂ ਬਿਲਕੁਲ ਨਹੀਂ ਸੀ, ਡੇਲਾ ਨਹੀਂ ਸੀ ਉਹਦੇ, ਹੁਣ ਦਿਸਦਾ ਨਹੀਂ ਸੀਗਾ। ਉਹ ਮੈਨੂੰ ਪਤਾ ਨਹੀਂ ਇਹੋ ਜਿਹਾ, ਉਹਦਾ ਮੈਨੂੰ ਹੁਣ ਯਾਦ ਆਉਂਦਾ, ਮੈਂ ਉਹਦੀ ਸੇਵਾ ਕੀਤੀ ਅਤੇ ਮੈਨੂੰ ਰੱਬ ਨੇ ਪਲ ਦਿੱਤਾ। ਉਹ ਫਕੀਰ ਸੀ, ਉਹ ਰਿਹਾ ਵੀ ਨਹੀਂ, ਸਾਰਾ 3 ਮਹੀਨੇ 4 ਮਹੀਨੇ ਰਿਹਾ, ਉਹ ਸੁਰਗਵਾਸ ਹੋ ਗਿਆ। ਫਿਰ ਪਿੰਡ ਦੇ ਨੇ ਕੀਤਾ, ਝੋਪੜੀ ਪਾ ਕੇ ਦਿੱਤੀ ਸੀ ਉਹਨੂੰ, ਅਤੇ ਉਹਨੂੰ ਪਾਣੀ, ਦੁੱਧ ਅਤੇ ਸ਼ਰਬਤ ਗੁੜ ਵਾਲਾ ਮੈਂ ਨਹੀਂ ਸੀ ਉਹਨੂੰ ਮੁੱਕਣ ਦਿੱਤੀ, ਮੈਂ ਆਪਣੇ ਘਰੋਂ ਚੱਕ ਕੇ ਉਹਨੂੰ ਦੇ ਕੇ। ਜੀ ਆਂਟੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਟਾਈਮ ਦਿੱਤਾ ਜੀ। ਥੈਂਕ ਯੂ ਪੁੱਤ, ਥੈਂਕ ਯੂ। ਅਤੇ ਆਂਟੀ ਨਾਲ ਅੱਜ ਗੱਲਬਾਤ ਕਰਨ ਵਾਸਤੇ ਅਸੀਂ ਸੈਟਲ ਪਹੁੰਚੇ ਹਾਂ ਜੀ, ਅਤੇ ਆਂਟੀ ਜੀ ਬਹੁਤ ਵਧੀਆ ਕੰਮ ਕਰ ਰਹੇ ਆ, ਇਹਨਾਂ ਦੀ ਸਟੋਰੀ ਆਪਾਂ ਕਵਰ ਕਰਨ ਵਾਸਤੇ ਆਏ ਹਾਂ। ਅਤੇ ਆਂਟੀ ਜੀ, ਸਟਾਰਟ ਆਪਾਂ ਕਰਾਂਗੇ ਕਿ ਤੁਸੀਂ ਪੰਜਾਬ ਤੋਂ ਆਪਣੇ ਬੈਕਗਰਾਉਂਡ ਬਾਰੇ ਥੋੜ੍ਹਾ ਜਿਹਾ ਦੱਸੋ। ਤੁਸੀਂ ਪੰਜਾਬ, ਤੁਸੀਂ ਜਗਰਾਉਂ ਤੋਂ ਤੁਸੀਂ ਦੱਸਿਆ? ਨਹੀਂ ਜੀ, ਜਗਰਾਉਂ ਮੇਰੇ ਸਹੁਰੇ ਹੈ, ਮੇਰਾ ਪਿੰਡ ਗਾਗਾ ਲਹਿਰਾ ਡਿਸਟ੍ਰਿਕਟ ਸੰਗਰੂਰ 'ਚ, ਅਤੇ ਜੰਮੀ ਭਲੀ ਮੈਂ ਗੜਸ਼ਨ ਕਰਾਂ ਰਹੀ, ਮਤਲਬ ਕਿ ਹਾਂਜੀ। ਅਤੇ ਇੱਥੇ ਫਿਰ US 'ਚ ਆਉਣ ਬਾਰੇ ਦੱਸੋ, ਆਪਣਾ US 'ਚ ਕਦੋਂ ਆਉਣਾ ਹੋਇਆ ਤੁਹਾਡਾ? ਇਹ 2001 'ਚ। ਠੀਕ ਹੈ ਜੀ, 2001 'ਚ। ਅਤੇ ਇੱਥੇ ਆਣ ਕੇ ਫਿਰ ਕਿਵੇਂ ਦਾ ਐਕਸਪੀਰੀਅੰਸ ਸੀਗਾ ਸ਼ੁਰੂ ਸ਼ੁਰੂ 'ਚ? ਸ਼ੁਰੂ ਤੋਂ ਜੀ ਇੱਦਾਂ ਸੀ ਕਿ ਮੇਰੀ ਬੇਟੀ ਸੀ ਛੋਟੀ, ਇਹ ਆ ਗਈ ਸੀ ਗੁੱਡੀਆਂ ਦੇ ਦੂਜਿਆਂ ਦੇ ਵਿਆਹ ਕਰਤੇ ਸੀਗੇ। ਹਾਂਜੀ। ਅਤੇ ਫਿਰ ਮੇਰੇ ਸਾਡਾ ਕੰਮ ਹੈਗਾ ਸੀ ਉੱਥੇ ਹਲਵਾਈ ਦਾ। ਠੀਕ ਹੈ ਜੀ। ਹੋਰ ਸੇਲ ਦਾ ਕੰਮ ਸੀ, ਅਤੇ ਮੇਰੇ ਹਸਬੈਂਡ ਸੀ ਚਾਹੁੰਦੇ ਵੀ ਮੈਂ ਇੱਥੇ ਆਵਾਂ। ਹਾਂਜੀ। ਇੱਕ ਸ਼ੌਂਕ ਜਿਵੇਂ ਅਮੈਰੀਕਾ ਦੇਖਣੀ ਹੈ, ਵੀ ਮੈਂ ਇੱਥੇ ਆ ਗਈ, ਮੇਰੀ ਬੇਟੀ ਸੀ ਮੇਰੇ ਨਾਲ, ਛੋਟੀ ਸੀ ਇਹ, ਅਤੇ ਮੇਰੇ ਨਾਲ ਆ ਗਈ, ਅਤੇ ਬੜੇ ਇੱਕ ਕਮਰਾ ਹੁੰਦਾ ਸੀ, ਸਾਡੇ ਕੋਲ ਕੋਈ ਭਾਂਡਾ ਨਹੀਂ ਸੀ, ਕੁਛ ਨਹੀਂ ਸਾਡੇ ਕੋਲ, ਸਿਰਫ ਛੱਡਣਾ ਸਾਡੇ ਕੋਲ, ਇਹਨੇ ਅੱਧੀ ਲੈ ਲੈਣੀ, ਅੱਧੀ ਮੈਂ ਲੈ ਲੈਣੀ, ਅਸੀਂ ਉਹ ਟਾਈਮ ਕੱਢੇ ਹੋਏ ਆ। ਤਾਂ ਚਲੋ ਜੀ, ਇੱਦਾਂ ਹੀ ਅਸੀਂ ਰਲ ਮਿਲ ਕੇ ਸਵੇਰੇ ਨਿਕਲ ਜਾਣਾ ਕੰਮ ਵਾਸਤੇ, ਕੰਮ ਨਾਲ ਸਾਨੂੰ ਕਿਤੋਂ ਵੀ ਮਿਲਣਾ। ਅਤੇ ਮੈਂ ਕਿਹਾ ਚਲੋ, ਮੈਂ ਕਿਹਾ ਇੱਥੇ ਮੰਦਰ ਹੈਗਾ ਕੋਈ? ਮੈਂ ਪੁੱਛਿਆ, ਕਹਿੰਦੇ ਹੈਗੇ ਮੰਦਰ। ਮੈਂ ਕਿਹਾ ਮੈਨੂੰ ਭਜਨ ਬਹੁਤ ਆਉਂਦੇ ਆ, ਅਤੇ ਮੈਨੂੰ ਮਹਾਮਾਈ ਦੇ ਨਾਲ ਬਹੁਤ ਜ਼ਿਆਦਾ ਲੱਗਣਾ, ਵੀ ਚਲੋ ਮੈਂ ਉੱਥੇ ਸੇਵਾ ਕਰ ਲਿਆ ਕਰੂੰਗੀ। ਚਲੋ ਜੀ, ਮੰਦਰ ਵੀ ਚਲੀ ਗਈ, ਉਦੋਂ ਬਾਅਦ ਜੀ ਮੇਰੇ ਗੁਰੂ ਘਰ ਮਿਲ ਗਿਆ ਠੇਕਾ ਰੋਟੀਆਂ ਬਣਾਉਣ ਦਾ, ਪ੍ਰਸ਼ਾਦੇ ਬਣਾਉਣ ਦਾ। ਜ਼ਿੰਦਗੀ 'ਚ ਪੈਸੇ ਦੇ ਨਾਲ ਹੀ ਪਿਆਰ ਕੀਤਾ ਮੈਂ ਪੁੱਤ, ਇਨਸਾਨ ਦੇ ਨਾਲ ਪਿਆਰ ਕੀਤਾ। ਅਤੇ ਸੱਚੇ ਮਾਰਗ ਗੁਰਦੁਆਰੇ ਮੈਂ ਪ੍ਰਸ਼ਾਦੇ ਲਾਉਣ ਲੱਗ ਗਈ, ਵਿਆਹਾਂ ਸ਼ਾਦੀਆਂ ਦੇ ਜਿੰਨੇ ਕੋਈ ਪੈਸੇ ਦੇ ਦਿੰਦਾ ਸੀ ਮੈਂ ਲੈ ਲੈਂਦੀ ਸੀਗੀ। ਚਲੋ ਜੀ, ਮੈਂ ਆਪਣੀ ਜ਼ਿੰਦਗੀ ਇੱਦਾਂ ਹੀ ਹੌਲੀ ਹੌਲੀ ਕਰਦੀ ਗਈ, ਮੈਨੂੰ ਕੰਮ ਮਿਲਦੇ ਰਹੇ। ਫਿਰ ਮੈਨੂੰ ਆਉਂਦਾ ਸੀ ਕੰਮ ਕਰਨਾ ਹਲਵਾਈ ਦਾ ਹੀ,
ਮੈਂ ਥੋੜ੍ਹੀ ਬਹੁਤੀ ਮਠਿਆਈ ਬਣਾਉਣ ਲੱਗ ਗਈ ਅਤੇ ਥੋੜ੍ਹੀ ਥੋੜ੍ਹੀ ਚਲੋ ਮੇਰੀ ਜਾਣ ਪਛਾਣ ਪੈ ਗਈ ਵੱਧਦੀ ਵੱਧਦੀ ਇੱਦਾਂ ਹੀ ਕਾਮਯਾਬ ਹੋ ਗਈ ਪੁੱਤ ਮੈਂ। ਅਤੇ ਕੀ ਲੱਗਦਾ ਤੁਹਾਨੂੰ ਜਿਵੇਂ ਤੁਸੀਂ ਦੱਸਿਆ ਕਿ ਬੜੇ ਛੋਟੇ ਕੰਮ ਤੋਂ ਸਟਾਰਟ ਕਰਕੇ ਅੱਜ ਬਹੁਤ ਤੁਹਾਡੇ ਜ਼ਿਆਦਾ ਕੰਟੈਕਟ ਆ ਅਤੇ ਬਹੁਤ ਵਧੀਆ ਕੰਮ ਆ, ਅਤੇ ਕੀ ਲੱਗਦਾ ਕਿਸਮਤ ਜ਼ਿਆਦਾ ਕੰਮ ਕਰਦੀ ਆ ਇਹਦੇ 'ਚ ਜਾਂ ਫਿਰ ਤੁਹਾਡੀ ਮਿਹਨਤ ਜ਼ਿਆਦਾ ਕੰਮ ਕਰਦੀ ਆ? ਮੇਰੀ ਜੀ ਦਸਾਂ ਨੌਹਾਂ ਦੀ ਕਮਾਈ ਕਰਕੇ ਮੈਂ ਖਾਂਦੀ ਹਾਂ, ਮੈਂ ਹੁਣ ਵੀ ਕਰਦੇ ਕੰਮ, ਮੈਂ ਲੋਕਾਂ ਸਵੇਰੇ 5 ਵਜੇ ਮੈਂ ਉੱਠ ਕੇ ਰੋਟੀ ਬਣਾਉਣ ਜਾਂਦੀ ਹਾਂ ਬੱਚਿਆਂ ਦੀ, ਫਿਰ ਮੈਂ ਇੱਥੇ 5 ਮਿੰਟ ਟਿਫਨ ਜਾਂਦੇ ਮੈਂ ਟਿਫਨ ਵੀ ਤਿਆਰ ਕਰਦੀ ਹਾਂ, 11 ਵਜੇ ਆ ਕੇ ਮੈਂ ਆਪਣੇ ਬੱਚਿਆਂ ਨੂੰ ਰੋਟੀ, ਜਿਹੜੇ ਮੇਰੇ ਬੱਚੇ ਆਉਂਦੇ ਆ ਟਰੱਕਾਂ 'ਤੇ ਆਉਂਦੇ ਆ, ਹੋਰ ਆਉਂਦੇ ਆ ਬੱਚੇ ਜਿਹਨਾਂ ਕੋਲ ਕੰਮ ਨਹੀਂ ਹੈਗਾ, ਉਹਨਾਂ ਨੂੰ ਮੈਂ ਕੰਮ ਵੀ ਦਵਾਉਂਦੀ ਹੈਲਪ ਵੀ ਕਰਦੇ ਉਹਨਾਂ ਦੀ, ਉਹਨਾਂ ਨੇ ਪੁੱਤ ਕਹੋ ਮੇਰੇ ਬੱਚੇ ਆ ਪ੍ਰਸ਼ਾਦਾ ਖਾਓ ਇੱਥੇ ਆ ਕੇ 11 ਤੋਂ 2 ਵਜੇ ਤੱਕ। ਇਹ ਮੀਂਹ ਪੈਂਦਾ, ਮੀਂਹ ਕਰਕੇ ਮੈਂ 11 ਤੋਂ 2 ਵਜੇ ਤੱਕ ਰੱਖਿਆ, ਜਦੋਂ ਗਰਮੀ ਆ ਗਈ ਮੈਂ 7 ਵਜੇ ਤੱਕ ਖਾਣਾ ਖਵਾਉਂਗੀ ਇੱਥੇ, ਜਿੰਨਾ ਤੱਕ ਮੇਰੇ 'ਚ ਦਮ ਜਿਉਂਦਾ ਬੇਟਾ। ਕਦੋਂ ਤੋਂ ਤੁਸੀਂ ਕਰਦੇ ਹੋ ਜਿਹੜਾ ਤੁਸੀਂ ਇਹ ਸੇਵਾ ਕਰ ਰਹੇ, ਇਹ ਕਦੋਂ ਤੋਂ ਕਰ? ਇਹ ਸੇਵਾ ਤਾਂ ਮੈਂ ਸ਼ੁਰੂ ਤੋਂ ਹੀ, ਮੇਰੇ ਘਰੇ ਪਤੀਲੇ ਰਿਜਦੇ ਸੀ, ਇਹ ਵੀ ਕਦੇ ਪਾਏ ਨਹੀਂ ਸੀਗੇ, ਬੇਟਾ ਜਸਨ ਹੈ ਉਹ ਹਾਸੇ ਹਾਸੇ ਜੀ, ਮੈਂ ਨਾ ਇੱਥੇ ਸਾਗ ਦਾ ਪਤੀਲਾ ਬਣਾ ਗਈ ਏਡਾ ਬੜਾ ਭਰ ਗਈ, ਮੈਂ ਕਿਹਾ ਮੈਂ ਇਹਨੂੰ ਇੰਡੀਆ ਕਰਨ ਚੱਲੀ ਹਾਂ ਗਿਰਬਾ ਕੁੜੀ ਦੇ ਵਿਆਹ, ਵੀ ਤੁਸੀਂ ਖਾ ਲਈ, ਉਹ ਮੇਰੀ ਇਹਨੇ ਕਿਤੇ ਟਿਕਟੋਕ 'ਤੇ ਪਾ ਤੀ, ਮੈਂ ਤਾਂ ਹੁਣ ਦੱਸਿਆ ਨਾ ਵੀ ਉਹ ਇੰਨੀ ਚੜ ਗਈ, ਇੰਨੀ ਚੜ ਗਈ ਲੋਕਾਂ ਨੇ ਲਾਇਕ ਕੀਤਾ, ਉਹ ਇੱਕ ਦਿਨ ਮੈਂ ਝਾੜੂ ਮਾਰਦੀ ਸੀ ਅਤੇ ਕੂੜਾ ਪਾ ਗਿਆ ਪਾਤਾ, ਤਾਂ ਇੱਥੇ ਮੈਂ ਚੱਲ ਮੈਂ ਕਿਹਾ ਬਾਬੇ ਨਾਨਕ ਦਾ ਲੰਗਰ ਇੱਦਾਂ ਹੁਣ ਖੁੱਲ੍ਹੇ ਭੰਡਾਰੇ ਚੱਲਣਗੇ, ਇੱਦਾਂ ਪਾਉਂਗੀ ਬਾਈ, ਮੈਂ ਟਿਕਟੋਕ 'ਤੇ ਬੁੱਤ ਪਾਉਣ ਲੱਗੀ, ਅਤੇ ਮੇਰੇ ਬੱਚੇ ਨੇ ਇੰਨਾ ਪਿਆਰ ਦਿੱਤਾ, ਮੈਨੂੰ ਇੰਨਾ ਪਿਆਰ ਦਿੱਤਾ ਨਾ, ਮੇਰੇ ਕੋਈ ਲਫ਼ਜ਼ ਨਹੀਂ, ਜੁਗ ਜੁਗ ਜੀਰ ਜਿਨ੍ਹਾਂ ਨੇ ਮੈਨੂੰ ਪਿਆਰ ਦਿੱਤਾ। ਫਿਰ ਮੈਂ ਆਪਣੇ ਬੇਟੇ ਅਵਤਾਰ ਸਿੰਘ ਬਿੱਲੇ ਨੂੰ ਕਿਹਾ, ਮੈਂ ਕਿਹਾ ਪੁੱਤ ਵੀ ਮੈਂ ਤੈਨੂੰ ਚੰਗਾ ਲੱਗਦਾ, ਕਹਿੰਦਾ ਮਾਂ ਤੂੰ ਖਿੱਚੀ ਜਾ, ਪੁੱਤ ਮੈਨੂੰ ਕੋਈ ਚੰਗਾ ਵੀ ਕਹਿੰਦਾ ਕੋਈ ਮਾੜਾ ਵੀ ਕਹਿੰਦਾ ਮੇਰੀ ਝੋਲੀ 'ਚ ਪਾ ਦੇਣ, ਮੇਰੇ ਬੱਚੇ ਆ ਉਹ, ਲੇਕਿਨ ਮੈਨੂੰ ਬਹੁਤ ਚੰਗਾ ਲੱਗਦਾ, ਮੈਂ ਰੋਟੀ ਖਵਾਉਂਦੀ ਹਾਂ ਤਨ ਮਨ ਦੇ ਨਾਲ, ਦਿਲੋਂ ਖਵਾਉਂਦੀ ਹਾਂ ਨਾਲੇ, ਮੇਰੇ ਬੱਚੇ ਆ, ਮੈਨੂੰ ਬਹੁਤ ਚੰਗਾ ਲੱਗਦਾ। ਹਾਂਜੀ, ਇੱਕ ਜਿਵੇਂ ਮਤਲਬ ਕਿ ਜਿਹੜਾ ਵੀ ਇੱਥੇ ਆਉਂਦਾ US 'ਚ ਆਉਂਦਾ ਆ, ਹਾਂਜੀ, ਹਰ ਇੱਕ ਬੰਦੇ ਦਾ ਹੁੰਦਾ ਆ, ਹਰ ਇੱਕ ਬੰਦੇ ਨੂੰ ਪੈਸੇ ਨਾਲ ਬਹੁਤ ਪਿਆਰ ਆ ਇੱਥੇ, ਕਿ ਪੈਸਾ ਕਮਾਉਣ ਹੀ ਆਉਂਦਾ ਹਰ ਕੋਈ, ਹਾਂਜੀ, ਪਰ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਤੁਸੀਂ ਬਿਲਕੁਲ ਉਲਟ ਕਰ ਰਹੇ ਹੋ, ਤੁਹਾਨੂੰ ਪੈਸੇ ਨਾਲ ਕੋਈ ਗੱਲ ਨਹੀਂ ਆ, ਅਤੇ ਤੁਸੀਂ ਮਤਲਬ ਫ੍ਰੀ 'ਚ ਜਿਹੜਾ ਛਕਾਉਣ ਡੇ ਜੇ। ਸੱਚਾਈ ਦੱਸਾਂ ਤੁਹਾਨੂੰ, ਹਾਂਜੀ, ਮੈਂ ਜ਼ਿੰਦਗੀ 'ਚ ਪੈਸੇ ਨਾਲ ਪਿਆਰ ਨਹੀਂ ਕਿਤੇ ਕੀਤਾ, ਕਿਉਂਕਿ ਮੇਰੇ ਜਿਹੜੇ ਸੱਸ ਸਹੁਰੇ ਸੀ ਉਹਨਾਂ ਕੋਲ ਬਹੁਤ ਪੈਸਾ ਸੀ, ਮੇਰੇ ਪੇਕਿਆਂ ਦੇ ਘਰ ਬਹੁਤ ਵੈਸ਼ ਲੁੱਟੇ ਆ, ਜ਼ਮੀਨਾਂ ਵਾਲੇ ਸੀ ਅਸੀਂ, ਲੇਕਿਨ ਇੱਥੇ ਆ ਕੇ ਵੀ ਪੈਸਾ ਬਹੁਤ ਕਮਾਇਆ, ਲੇਕਿਨ ਮੈਂ ਮਾਣ ਨਹੀਂ ਕਰਦੀ, ਮੈਂ ਪੈਸੇ ਨਾਲ ਪਿਆਰ ਨਹੀਂ ਕਰਦੀ, ਜਿਹੜਾ ਕੋਈ ਆ ਜਾਵੇ ਮੈਂ ਤਾਂ ਸੋਹਣੀ ਚੀਜ਼ਾਂ ਵੀ ਲਾ ਕੇ ਫੜਾ ਦੇਣੇ ਲੈ ਜਾਓ, ਕਦੇ ਵੀ ਮੇਰੇ ਪਿਆਰ ਵਾਲੇ ਇੱਥੇ ਹੈਗੇ ਆ, ਜਿਹਨੂੰ ਮਰਜ਼ੀ ਮੇਰੇ ਬਾਰੇ ਪੁੱਛ ਲਓ, ਮੈਂ ਕਦੇ ਜ਼ਿੰਦਗੀ 'ਚ ਪੈਸੇ ਨਾਲ ਨਹੀਂ ਪਿਆਰ ਕੀਤਾ, ਮੈਂ ਇਨਸਾਨਾਂ ਨਾਲ ਪਿਆਰ ਕਰਦੀ ਹਾਂ ਪੁੱਤ, ਪੈਸਾ ਹੱਥਾਂ ਦੀ ਮਹਿਲ ਹੈ, ਮੇਰੇ ਹੀਰੇ ਪੁੱਤ ਖੜ੍ਹੇ ਆ, ਮੈਨੂੰ ਪੈਸਿਆਂ ਦੀ ਕੀ ਲੋੜ ਹੈ, ਮੈਨੂੰ ਲੋੜ ਹੋ ਗਈ ਮੈਂ ਆਪਣੇ ਬੱਚਿਆਂ ਨੂੰ ਕਹਿ ਦੂੰਗੀ। ਹਰ ਦੁੱਖ ਸੁੱਖ ਕਹਿੰਦੇ ਬੰਦੇ ਦੇ ਨਾਲ ਨਹੀਂ ਹੁੰਦਾ, ਇੱਕੋ ਬੇਟਾ ਸੀ ਮੇਰਾ ਪਹਿਲ ਪਰੋਠੀ ਦਾ, ਉਹ ਕਹਿੰਦਾ ਸੀ ਮਾਂ ਤੂੰ, ਮੈਂ ਤੈਨੂੰ ਇੱਕ ਵਾਰੀ ਅਮੈਰੀਕਾ ਚਾਹੁੰਦਾ, ਮੈਂ ਤੈਨੂੰ ਕੰਮ ਨਹੀਂ ਕਰਾਉਂਦਾ, ਤੂੰ ਕਦੇ ਕੰਮ ਨਹੀਂ ਸੀ ਕਦੇ ਕੀਤਾ ਘਰੇ, ਮੈਂ ਕਿਹਾ ਪੁੱਤ ਤੂੰ ਆ ਜਾ, ਉਹਦੇ ਪੇਪਰ ਲੱਗੇ ਸੀ, ਉਹਦੀ ਕਿਸਮਤ ਦੀ ਸਾਥ ਦਿੱਤਾ, ਮੇਰੇ ਦੋ ਪੋਤੇ ਆ, ਦੋ ਪੋਤੀਆਂ ਮੇਰੀਆਂ, ਬਾਕੀ ਸਾਰਾ ਕੁਝ ਮਿਲ ਜੂਗਾ, ਕਿ ਬੱਚੇ ਨਹੀਂ ਮਿਲਦੇ, ਇਹ ਤਾਂ ਗੱਲ, ਬਾਕੀ ਮੈਨੂੰ ਮੇਰੇ ਬੱਚੇ ਜਾਪਦੇ ਸਾਰੇ, ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹਾਂ। ਤੁਸੀਂ ਇੱਕ ਚੀਜ਼ ਵੇਖੋ ਕਿ ਕਿੰਨਾ ਵੱਡਾ ਤੁਹਾਡਾ ਪਰਿਵਾਰ ਹੋ ਗਿਆ, ਅੱਜ ਮੈਂ ਵੇਖਦਾ ਸੀਗਾ ਸਵੇਰੇ 1,16,000 ਇੰਸਟਾਗ੍ਰਾਮ ਤੇ ਤੁਹਾਡੇ ਫੋਲੋਅਰ ਆ, ਹੁਣ ਕਿੰਨਾ ਵੱਡਾ ਤੁਹਾਡਾ ਪਰਿਵਾਰ ਹੋ ਗਿਆ। ਮੈਨੂੰ ਤਾਂ ਪਹਿਲੀ ਗੱਲ ਪੁੱਤ ਪੜ੍ਹਨੇ ਨਹੀਂ ਆਉਂਦੇ, ਇਹ ਜਸਨ ਕਹੂੰਗੀ ਜਸਨ ਦੇਖੀ ਕਿੰਨੇ ਵਿਊ ਆਏ ਆ, ਮੈਨੂੰ ਨਹੀਂ ਪਤਾ ਵਿਊ ਕੀ ਹੁੰਦੇ ਆ, ਇਹਦਾ ਕੀ ਫਾਇਦਾ ਮੈਨੂੰ, ਮੈਨੂੰ ਕੁਛ ਨਹੀਂ ਪਤਾ, ਮੈਂ ਅਨਪੜ੍ਹ ਗੁੱਟਾ ਛਾਪ ਬਿਲਕੁਲ, ਮੈਨੂੰ ਇਸ ਬਾਰੇ ਨੌਲੇਜ ਨਹੀਂ ਕੁਛ ਵੀ ਮੈਨੂੰ ਇਹਦਾ ਕੀ ਫਾਇਦਾ, ਬਸ ਇੰਨਾ ਫਾਇਦਾ ਵੀ ਮੇਰੇ ਬੱਚੇ ਰੋਟੀ ਖਾਂਦੇ ਆ ਕੇ। ਹਾਂਜੀ, ਪਰ ਬਹੁਤ ਜਿਹੜਾ ਤੁਹਾਨੂੰ ਬਹੁਤ ਹਰ ਕੋਈ ਹੀ ਬਹੁਤ ਜ਼ਿਆਦਾ ਪਿਆਰ ਦਿੰਦਾ। ਹਾਂਜੀ, ਇੱਕ ਤੁਸੀਂ ਦੱਸਦੇ ਸੀਗੇ ਭਗਵੰਤ ਮਾਨ ਦੀ ਮਾਤਾ ਦਾ ਫੋਨ ਆਇਆ, ਉਹਨਾਂ ਨੇ ਫੋਨ ਕੀਤਾ ਪੁੱਤ ਤੂੰ ਕਰੀ ਜਾ, ਮੈਂ ਤੈਨੂੰ ਪੁੱਤ ਕਹਾਂ ਕਿ ਮੈਂ ਤੈਨੂੰ ਧੀ ਕਹਾਂ, ਮੈਂ ਕਿਹਾ ਮੈਨੂੰ ਕੁਛ ਨਹੀਂ ਪਤਾ ਵੀ ਮੈਂ ਤੁਸੀਂ ਮੈਂ ਕੀ ਕਹਾਂ, ਮੈਨੂੰ ਇੰਨੀ ਖੁਸ਼ੀ ਹੋਈ, ਗਾਂਹ ਮੇਰੇ ਭਤੀਜਾ, ਉਹ ਗਾਂਹ ਨਿਕਲ ਗਿਆ ਮੇਰੇ ਭਤੀਜਾ, ਮੇਰੇ ਤਾਇਆ ਜੀ ਦਾ ਪੋਤਾ ਚੰਡੀਗੜ੍ਹ, ਉਹ ਕਹਿੰਦਾ ਮੈਂ ਹਰ ਟਾਈਮ ਵੀ ਮਾਤਾ ਦੀ ਕੋਲ ਹੀ ਰਹਿੰਦਾ, ਅਤੇ ਉਹਨਾਂ ਨੇ ਬੜਾ ਕਹਿੰਦੀ ਤੂੰ ਕਰੀ ਜਾ, ਜਿੰਨੀ ਵੀ ਤੇਰੀ ਸੇਵਾ ਹੋ ਸਕੇ ਮੈਨੂੰ ਸਾਨੂੰ ਫੋਨ ਕਰਕੇ ਦੱਸੋ। ਆ ਮਨੂਰੀ ਉਹ ਵੀ ਮੇਰੀ ਧੀ ਬਣੀ ਹੋਈ ਹੈ, ਫਿਰੋਜ਼ ਖਾਨ ਨੇ ਆਉਣਾ, ਉਹ ਵੀ ਮੇਰਾ ਬੱਚਾ, ਜਿੰਨੇ ਕਨਵਰ ਗਰੇਵਾਲ ਜਦੋਂ ਹੀ ਆਉਂਦਾ ਮੈਨੂੰ ਮਿਲਣ ਆਉਂਦਾ, ਉਹ ਮੇਰਾ ਬੱਚਾ,
ਮੈਂ ਬਹੁਤ ਪਿਆਰ ਕਰਦੀ ਹਾਂ, ਇਕੱਲੇ ਸਿੰਗਰਾਂ ਨੂੰ ਨਹੀਂ, ਮੈਂ ਸਾਰੇ ਬੱਚਿਆਂ ਨੂੰ ਪਿਆਰ ਕਰਦੀ ਹਾਂ। ਜਦੋਂ ਮੈਂ ਆਪਣੀ ਤਿੰਨ ਧੀਆਂ ਮੇਰੀਆਂ, ਮੈਂ ਤਿੰਨਾਂ ਕੁੜੀਆਂ ਨਾਲ ਵੱਧ ਕੇ ਉਨੇ ਪਿਆਰ ਕਰਦੇ ਸਾਰਿਆਂ ਨੂੰ, ਜਿੰਨਾ ਮੈਨੂੰ ਆਪ ਦੇ ਬੱਚਿਆਂ ਦਾ ਪਿਆਰ ਆਉਂਦਾ ਨਾ, ਉਨੇ ਪਿਆਰ ਮੈਨੂੰ ਤੁਹਾਡਾ ਆਉਂਦਾ ਸਾਰਿਆਂ ਦਾ। ਪਰਿਵਾਰ ਮੇਰਾ ਮੈਨੂੰ ਕਹਿੰਦਾ ਵੀ ਜਿਵੇਂ ਤੂੰ ਖੁਸ਼ ਰਹਿਣਾ ਚਾਹੁੰਦੀ ਤੈਨੂੰ ਅਸੀਂ ਖੁਸ਼ ਦੇਖਣਾ ਚਾਹੁੰਦੇ ਹਾਂ। ਮੇਰੀ ਕੁੜੀਆਂ ਕਹਿੰਦੀਆਂ ਨੇ ਜਿਵੇਂ ਤੂੰ ਖੁਸ਼ ਚਾਹੁੰਦੀ ਆ ਨਾ, ਤੂੰ ਵੀ ਖੁਸ਼ ਰਹਿ, ਤੈਨੂੰ ਅਸੀਂ ਖੁਸ਼ ਦੇਖਣਾ ਚਾਹੁੰਦੇ ਹਾਂ। ਉਹ ਮੇਰੀ ਕੁੜੀ ਛੋਟੀ ਹੈ, ਉਹ ਮੈਨੂੰ ਸਾਰਾ ਸਮਾਂ ਲੈ ਕੇ ਦਿੰਦੀ ਹੈ। ਮੈਂ ਟਿਫਨ ਵੀ ਦਿੰਦੀ ਹਾਂ ਬਣਾ ਕੇ, ਰੋਟੀ ਵੀ ਦਿੰਦੀ, ਜਿੰਨੀ ਮੇਰੀ ਕਮਾਈ ਆਉਂਦੀ ਹੈ ਉਹ ਮੈਂ ਇੱਥੇ ਲੈਂਦੀ ਹਾਂ। ਫਿਰ ਮੈਂ ਗਰੀਬਾਂ ਕੁੜੀਆਂ ਦੇ ਵਿਆਹ ਕਰਨ ਜਾਂਦੀ ਹਾਂ ਹਰ ਸਾਲ ਅਕਤੂਬਰ 'ਚ। ਬਹੁਤ ਵੱਡੀ, ਹੁਣ ਮੈਂ 26 ਕੁੜੀਆਂ ਦੇ ਕਰਕੇ ਆਈ ਹਾਂ। ਮੇਰਾ ਦਿਓਰ ਹੈਗਾ ਉੱਥੇ, ਉਹ ਕੁੜੀਆਂ ਨੂੰ ਲਿਖ ਲੈਂਦਾ ਨੰਬਰ, ਲਿਖ ਲੈਂਦਾ ਸਾਰਿਆਂ ਦਾ ਫੋਨ ਨੰਬਰ। ਮੈਂ ਇਹਨਾਂ ਘਰ ਜਾਊਂਗੀ, ਜਾਣ ਦੇ ਘਰ ਜਾ ਕੇ ਦੇਖ ਕੇ ਆ ਵੀ ਇਹਨਾਂ ਦੇ ਘਰ ਸੱਚੀ ਮਿੱਚੀ ਆਈ ਦਾ। ਐਕ ਜੇ ਦੱਸਿਆ ਮੇਰੇ ਅੰਬਾਲੇ ਤੋਂ ਵੀ ਕੁੜੀ ਮਿਲੀ ਮੈਨੂੰ, ਚੰਡੀਗੜ੍ਹ ਤੋਂ ਵੀ ਇੱਕ ਕੁੜੀ, ਇੱਕ ਅੰਮ੍ਰਿਤਸਰ ਤੋਂ ਆਈ, ਇੱਕ ਤੁਸੀਂ ਦੇਖਿਆ ਹੋਊਗਾ ਹੱਕ ਹੋ ਗਿਆ ਸੀ, ਮੁੰਡਾ ਮਰ ਗਿਆ ਸੀਗਾ ਐਕਸੀਡੈਂਟ ਹੋ ਗਿਆ ਸੀ ਜੈਤੋਵਾਲ, ਕੁੜੀ ਲਾਵਾਂ 'ਤੇ ਬੈਠੀ ਸੀ ਅਤੇ ਉੱਥੇ ਐਕਸੀਡੈਂਟ ਹੋ ਗਿਆ ਸੀ, ਪ੍ਰਾਹੁਣਾ ਮਰ ਗਿਆ ਸੀਗਾ। ਫਿਰ ਅਸੀਂ ਥਾਂ ਹੀ ਕੁੜੀ ਮੈਂ ਲੱਭੀ, ਮੁੰਡਾ ਹੋਰ ਲੱਭ ਕੇ ਉਸੇ ਥਾਂ 'ਤੇ ਮੁੰਡੇ ਦੇ ਲਾਵਾਂ ਦਿੱਤੀਆਂ। ਮੈਂ ਕਹਿੰਦੀ ਹਾਂ ਵੀ ਸਾਰਾ ਦਰ ਛੱਡ ਦਿਓ, ਇੱਕ ਮਾਂ ਦਾ ਦਰ ਨਾ ਛੱਡਿਓ, ਬਸ ਇੱਕ ਬਾਬੇ ਨਾਨਕ ਦਾ, ਇੱਕ ਮਾਂ ਦਾ, ਦੇਵੀ ਦੇਵਤੇ ਸਾਰੇ ਇੱਕੋ ਹੀ ਆ, ਜਿਹਨੂੰ ਮਰਜ਼ੀ ਧਿਆ ਲਓ। ਬਿਲਕੁਲ, ਬਾਕੀ ਮੇਰੇ ਕੋਲ ਕੋਈ ਲਫ਼ਜ਼ ਨਹੀਂ ਜਿੰਨਾ ਮੈਨੂੰ ਲੋਕਾਂ ਨੇ ਪਿਆਰ ਦਿੱਤਾ। ਮੈਂ ਕਹਿ ਜਾ ਤੁਸੀਂ ਭਗਵੰਤ ਮਾਨ ਦੀ ਮਾਂ, ਉਹ ਕਹਿੰਦੀ ਹਾਂ ਮੈਂ ਭਗਵੰਤ ਦੀ ਮਾਂ, ਤੇਰਾ ਵੀ ਬੱਚਾ ਹੋ, ਅਤੇ ਮੈਨੂੰ ਕੀ ਪਤਾ ਵੀ ਕੌਣ ਮੇਰੇ ਨਾਲ ਗੱਲ ਕਰ ਰਿਹਾ। ਗਾਂ ਦੇਖਿਆ ਮੇਰੇ ਭਤੀਜਾ, ਕਹਿੰਦਾ ਭੂਆ ਜੀ ਤੁਸੀਂ ਗੱਲ ਕਰੋ, ਭਗਵੰਤ ਮਾਨ ਦੀ ਮੰਮੀ ਹੈ ਇਹ, ਤੁਹਾਨੂੰ ਮੈਂ ਫੋਟੋ ਭੇਜਦਾ, ਮੇਰੇ ਨਾਲ ਸੁੱਤੇ ਪਏ ਆ, ਗੱਲ ਕਰਾਉਣੀ ਪਈਆਂ। ਮੈਂ ਕਿਹਾ ਠੀਕ ਆ, ਮੈਂ ਕਿਹਾ ਧੰਨਵਾਦ ਭੈਣ ਜੀ ਤੁਹਾਡਾ ਬਹੁਤ ਜ਼ਿਆਦਾ, ਤੁਸੀਂ ਕਰੀ ਜੋ ਸੇਵਾ ਸਾਡੇ ਲਈ, ਸੇਵਾ ਹੋ ਕੇ ਸਾਨੂੰ ਦੱਸਿਓ। ਕਹਿੰਦੇ ਮੈਂ ਧੰਨ ਗੁਜ਼ਾਰਾਂ ਸਾਰਿਆਂ ਨੂੰ ਹੀ ਵੀ ਜਿਹੜਾ ਮੇਰੇ ਇੰਨਾ ਪਿਆਰ ਦਿੰਦੇ ਆ, ਇੰਨੇ ਮੇਰੇ ਕਰਦੇ, ਮੇਰੇ ਬੱਚੇ ਆ। ਅਤੇ ਇੱਕ ਆਂਟੀ, ਜਿਵੇਂ ਤੁਸੀਂ ਦੱਸਿਆ ਕਿ ਅਮਰ ਨੂਰੀ ਜੀ ਬਾਰੇ ਉਹ ਤੁਹਾਨੂੰ ਮਿਲ ਕੇ ਗਏ, ਹੋਰ ਵੀ ਇੰਡਸਟਰੀ 'ਚ ਜਿਹੜੇ ਤੁਹਾਨੂੰ, ਮੈਂ ਹੋਰ ਵੀਡੀਓਜ਼ ਵੀ ਤੁਹਾਡੀਆਂ ਵੇਖੀਆਂ, ਮੈਂ ਕਿੰਮੀ ਜੀ ਦੀ ਵੀਡੀਓ ਵੇਖੀ, ਉਹਨਾਂ ਕਿੰਮੀ ਵਰਮਾ ਦੇ ਮੇਰੇ ਨਾਲ, ਸਾਡੇ ਗਵਾਂਢੀਆਂ ਦੀ ਕੁੜੀ ਆ। ਠੀਕ ਹੈ ਜੀ, ਹਾਂਜੀ ਸਾਡੇ ਗਵਾਂਢੀ, ਮੇਰੇ ਬੇਟੇ ਦੇ ਨਾਲ ਪੜ੍ਹਦੀ ਰਹੀ ਹੈ, ਮੇਰਾ ਬੱਚੀ ਆਪਣੀ ਉਹ। ਹਾਂਜੀ, ਅਤੇ ਇਹ ਕਿਵੇਂ ਮਿਊਜ਼ਿਕ ਇੰਡਸਟਰੀ 'ਚ ਜਾਣ ਪਛਾਣ ਹੋਈ ਤੁਹਾਡੀ, ਤੁਸੀਂ ਮੂਵੀ 'ਚ ਵੀ ਇੱਕ 'ਚ ਰੋਲ ਕੀਤਾ, ਉਹ ਕਿਵੇਂ ਸੀਗਾ? ਉਹ ਮੇਰੇ ਨਾਲ, ਮੈਂ ਇੱਥੇ ਸ਼ੋਅ ਕਰਾਉਂਦੀ ਹੁੰਦੀ ਹਾਂ ਆਪਣੇ ਘਰ ਬੀਬੀਆਂ ਨੂੰ ਬੁਲਾ ਕੇ, ਸਾਰਿਆਂ ਨੂੰ ਲੇਡੀ ਪੰਜਾਬੀ ਕਲਚਰ ਦਾ, ਜਿਵੇਂ ਬੋਲੀਆਂ ਪਾ ਲਓ, ਨੱਚ ਲਓ, ਟੱਪ ਲਓ, ਪੁਰਾਣੀਆਂ, ਛੱਜ, ਚਰਖੇ, ਪੀੜੀਆਂ, ਮਧਾਣੀਆਂ, ਸਾਰਾ ਕੁਛ ਮੈਂ ਰੱਖ ਦਿੰਦੀ ਹਾਂ। ਉਹ ਮੇਰੇ ਕੋਲ ਸਿਮਰਨ ਆਇਆ, ਕਹਿੰਦਾ ਵੀ ਤੁਹਾਡੇ ਕੋਲ ਤਾਂ ਬਹੁਤ ਸਮਾਨ ਆ, ਮੈਂ ਫਿਲਮ ਨਾ ਬਣਾ ਲਵਾਂ ਇੱਥੇ। ਉਹਨੇ ਸਾਰੀ ਸਟੋਰੀ ਮੇਰੀ ਆ, ਜੋ ਮੇਰੇ ਘਰ ਦੀ ਸਟੋਰੀ ਆ ਨਾ, ਉਹੀ ਫਿਲਮ ਦੀ ਸਟੋਰੀ ਆ। ਸਾਰੀ ਸ਼ੂਟਿੰਗ ਵੀ ਇੱਥੇ ਹੀ ਆ, ਸਾਰੀ ਸ਼ੂਟਿੰਗ ਇੱਥੇ ਹੀ ਆ, ਅੰਦਰ ਵੀ ਕਮਰਿਆਂ 'ਚ ਵੀ ਸ਼ੂਟਿੰਗ ਮੇਰੀ ਉਸੇ ਫਿਲਮ ਦੀ ਆ। ਅਤੇ ਕਿੰਮੀ ਵਰਮਾ ਤਾਂ ਮੇਰੀ ਆਪਣੀ ਧੀ ਹੈ ਨਾ, ਉਹ ਸਾਡੇ ਗਵਾਂਢੀਆਂ ਦੀ ਆ, ਕਨਵਰ ਗਰੇਵਾਲ, ਉਹ ਜਦੋਂ ਹੀ ਇੱਥੇ ਆਵੇ ਮੈਨੂੰ ਮਿਲ ਕੇ ਜਾਂਦਾ। ਅਮਨ ਨੂਰੀ ਨੂੰ ਮਿਲਾਉਣ ਵਾਲਾ ਅਵਤਾਰ ਸਿੰਘ ਬਿੱਲਾ, ਇਹਨਾਂ ਦੀ ਮਾਂ ਉਹ ਅਤੇ ਮੇਰੀ ਧੀ ਹੈ, ਉਹ ਸਾਡਾ ਇੰਨਾ ਪਿਆਰ ਪੈ ਗਿਆ, ਮੈਂ ਕਹਿੰਦੀ ਤੁਹਾਨੂੰ ਦੱਸ ਨਹੀਂ ਸਕਦੀ। ਦੁਰਗਾ ਰੰਗੀਲਾ, ਉਹਨੂੰ ਵੀ ਫੋਨ ਕਰਦੀ ਹਾਂ, ਉਹਨੂੰ ਵੀ ਮੈਂ ਕਿਹਾ ਸੀ ਬੇਟੀ ਦਾ ਵਿਆਹ, ਮੈਂ ਉਹਨੂੰ ਵੀ ਬੁਲਾ ਲਾ, ਹੁਣ ਫਿਰੋਜ਼ ਖਾਨ ਆ ਰਿਹਾ ਇਹਨਾਂ ਦੇ ਵਿਆਹ 'ਤੇ, ਅਤੇ ਪੁੱਤ ਜਾਣ ਪਛਾਣ ਇੱਦਾਂ ਪੈ ਜਾਂਦੀ, ਇੱਕ ਮਾਂ ਵਾ ਨਾ। ਤੁਹਾਡਾ ਪਿਆਰ ਹੈ ਤੁਸੀਂ ਦਿਲੋਂ ਕਰਦੇ ਜੀ, ਦਿਲੋਂ। ਹਾਂਜੀ, ਮੈਂ ਦੇਖਿਆ ਕਿ ਅਮਰ ਨੂਰੀ ਜੀ ਵੀ ਜੋ ਤੁਹਾਡੀ ਉਹ ਵੀਡੀਓ 'ਚ ਦੱਸ ਰਹੇ ਸੀ, ਤੇ ਆਪਣੇ ਨੀਰੂ ਜੀ ਨੇ ਜਿਹੜੇ, ਹਾਂਜੀ ਕਮਲਜੀਤ ਨੀਰੂ ਕੈਨੇਡਾ ਰਹਿੰਦੇ, ਉਹ ਵੀ ਆਏ ਸੀ, ਉਹ ਵੀ ਆਉਂਦੇ ਆ ਜੀ। ਹਾਂਜੀ, ਉਹਦੇ ਦੇ ਬਹੁਤ ਦੁੱਖ ਕਹਾਣੀਆਂ ਇੱਦਾਂ ਹੀ ਨਿਕਲ ਜਾਣੀਆਂ, ਜ਼ਿੰਦਗੀਆਂ ਸਾਰੀ ਨਿਕਲ ਜਾਂਦੇ, ਕੁਝ ਨਿਕਲ ਗਈ ਅਤੇ ਮੈਂ ਆਪਣੀ ਸੇਵਾ 'ਚ ਲੱਗੀ ਰਹੂੰ, ਮੈਂ ਬਸ, ਮੈਨੂੰ ਇੰਨਾ ਪਿਆਰ ਮਿਲਿਆ ਇਸ, ਮੈਨੂੰ ਨਹੀਂ ਸੀ ਪਤਾ ਵੀ ਮੇਰੇ ਇੰਨੀ ਹੋ ਜਾਣੀ ਹੈ ਬਹੁਤ ਜ਼ਿਆਦਾ। ਅਤੇ ਇਹ ਇਹ ਤੁਸੀਂ ਫਿਰ ਆਪ ਹੀ ਸਾਰਾ ਕਰਦੇ ਹੋ? ਮੈਂ ਇਕੱਲੀ ਕਰਦੀ, ਜਸਨ ਹੈ ਮੇਰੇ ਨਾਲ ਮੁੰਡਾ, ਹੀ ਕਰਵਾ ਦਿੰਦਾ। ਹਾਂਜੀ, ਮੇਰੀ ਪੋਤੀ ਦਾ ਹੁਣ ਸੁੱਖਣਾ ਵਿਆਹ ਹੋ ਗਿਆ, ਆਹ ਫੁੱਲ ਬੂਟੇ ਸਾਰੇ ਉਹਨੇ ਪਾਏ ਹੋਏ ਆ, ਮਗਰ ਹੁਣ ਮੇਰਾ ਵਿਆਹ ਹੋ ਗਿਆ ਤਾਂ ਜੋਰੀ ਦੇ ਅੰਦਰ ਸਹੁਰੇ ਜਾ ਕੇ ਲਿਆਉਣਾ ਪਿਆ ਕਰਨਾ ਮੈਨੂੰ, ਸਾਰੇ ਰਲ ਮਿਲ ਕੇ ਜੀ ਮੇਰੀ ਹੈਲਪ ਕਰਾਉਂਦੇ ਸਾਰੇ। ਅਤੇ ਇਹ ਜਿਵੇਂ ਤੁਹਾਡਾ ਪਰਿਵਾਰ, ਹੁਣ ਜੇ ਆਪਾਂ ਗੱਲ ਕੀਤੀ ਇੰਸਟਾਗ੍ਰਾਮ 'ਤੇ, ਬਹੁਤ ਵੱਡਾ ਪਰਿਵਾਰ ਤੁਹਾਡਾ ਹੋ ਗਿਆ, 1,16,000 ਫੋਲੋਅਰ ਸੀਗੇ ਅੱਜ ਸਵੇਰੇ, ਤੇ ਉਹਦੇ ਬਾਰੇ ਕਿਵੇਂ ਹੁਣ ਤੁਹਾਨੂੰ ਫੀਲ ਕਿਵੇਂ ਹੁੰਦਾ? ਮੈਨੂੰ ਫੀਲ ਹੁੰਦੀ ਮੇਰੇ ਬੱਚੇ ਇੰਨੇ ਮੇਰੇ ਨਾਲ ਹੈਗੇ ਆ, ਮੈਨੂੰ ਇੰਨੀ ਖੁਸ਼ੀ ਆ ਵੀ ਮੇਰੇ ਬੱਚੇ ਮੇਰੇ ਨਾਲ ਹੈ ਨਾ, ਅਤੇ ਮਾਂ ਮਰਦੀ ਨਹੀਂ ਕਿਤੇ, ਹੁਣ ਨਹੀਂ ਮਾਂ ਜਾਂਦੀ। ਜਿਵੇਂ
ਜਦੋਂ ਤੁਸੀਂ ਸ਼ੁਰੂ ਕੀਤਾ, ਜਦੋਂ ਤੁਸੀਂ ਪਹਿਲੀ ਵੀਡੀਓ ਵੀਰੇ ਨੇ ਪਾਈ, ਉਦੋਂ ਤੁਸੀਂ ਸੋਚਿਆ ਸੀਗਾ ਕਿ ਇੰਨਾ ਪਿਆਰ ਮਿਲੂ? ਮੈਨੂੰ ਪਤਾ ਹੀ ਨੀ ਵੀ ਇਹਦਾ ਕੀ ਹੁੰਦਾ, ਫਾਲੋ ਕੀ ਹੁੰਦਾ, ਕੀ ਇਹਦਾ ਕੀ ਐਂਡ, ਮੈਨੂੰ ਕੁਛ ਨੀ ਪਤਾ, ਮੈਨੂੰ ਹਾਲ ਤੱਕ ਨੀ ਪਤਾ ਵੀ ਇਹਨੇ ਵੱਧ ਗਏ ਵੀ ਕੀ ਇਹਦਾ ਕੀ ਹੋਊਗਾ। ਕਹਿੰਦੇ ਬਸ ਤੂੰ ਚੁੱਪ ਕਰ ਜਾ, ਤੂੰ ਤੈਨੂੰ ਚੰਗਾ ਮਾੜਾ ਕਹਿੰਦਾ, ਬਿੱਲਾ ਕਹਿੰਦਾ ਤੂੰ ਨੀ ਬੋਲਣਾ, ਅਸੀਂ ਹੈਗੇ ਹਾਂ, ਤੂੰ ਕਰੀ ਜਾ, ਤੂੰ ਦਹੀਂ ਖਵਾਈ ਜਾ ਰੋਟੀ, ਅਸੀਂ ਖੁਸ਼ ਹਾਂ, ਤੂੰ ਖੁਸ਼ ਚਾਹੀਦੀ ਸਾਨੂੰ, ਜੇ ਮੇਰੇ ਬੱਚੇ ਮੇਰੇ ਨਾਲ ਆ ਫਿਰ ਮੈਨੂੰ। ਤੇ ਇਸ ਚੀਜ਼ ਦਾ ਵਿਰੋਧ ਵੀ ਮਿਲਿਆ ਕਿਉਂਕਿ ਤੁਸੀਂ ਦੱਸਿਆ ਕਿ ਤੁਹਾਡੇ ਬੇਟੇ ਨੇ ਜਿਹੜੇ ਬਿੱਲਾ ਜੀ, ਇਹਨਾਂ ਨੇ ਤੁਹਾਨੂੰ ਹਨਾ ਉਤਸ਼ਾਹਿਤ ਕੀਤਾ ਇਹਦੇ ਵਾਸਤੇ ਕਿ ਤੁਸੀਂ ਕੰਟੀਨਿਊ ਕਰੋ? ਸੋ ਮੈਂ ਕਿਸੇ ਨੂੰ ਕੁਛ ਨਹੀਂ ਕਹਿਣਾ, ਦੇ ਕਹਿੰਦਾ ਨਾ ਮੈਂ ਤੁਹਾਡੇ ਮੂਹਰੇ ਝੋਲੀ ਟੱਟਤੀ ਵੀ ਮੇਰੀ ਝੋਲੀ ਪਾ, ਮੇਰੇ ਬੱਚਿਆਂ ਕੋਈ ਗੱਲ ਨੀ, ਕਹਿੰਦੇ ਕਹੀ ਜਾਂਦਾ, ਲੇਕਿਨ ਮੈਂ ਕਰਦੀ ਰਹਿਣਾ, ਮੈਂ ਨੀ ਬੰਦ ਹੋਣਾ। ਮੈਨੂੰ ਲੱਗਦਾ ਜਿੰਨਾ ਤੁਹਾਨੂੰ ਪਿਆਰ ਮਿਲਿਆ, ਕਿਉਂਕਿ ਹਰ ਕੋਈ ਕੋਈ ਵੀ ਜਿਹੜਾ ਸੋਸ਼ਲ ਮੀਡੀਆ ਤੇ ਆਉਂਦਾ, ਹਰ ਬੰਦੇ ਦੇ ਕੁਛ ਕੁ ਵਿਰੋਧੀ ਜਿਹੜੇ ਉੱਠਦੇ ਆ, ਪਰ ਜਿੰਨੇ ਵੀ ਕਮੈਂਟ ਤੁਹਾਡੀਆਂ ਵੀਡੀਓਜ਼ ਤੇ ਦੇਖੇ ਆ, ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਆ, ਬਹੁਤ ਪਿਆਰ। ਮੈਨੂੰ ਸੌਣ ਨਹੀਂ ਦਿੰਦੇ ਰਾਤ ਨੂੰ, ਪਾਕਿਸਤਾਨ ਚੋਂ, ਆਸਟ੍ਰੇਲੀਆ ਚੋਂ, ਇਟਲੀ ਚੋਂ, ਜਰਮਨ ਤੋਂ, ਇੰਗਲੈਂਡ ਤੋਂ, ਮੈਂ ਕਹਿੰਦੀ ਕੋਈ ਹੈ ਹੀ ਨਹੀਂ ਕੋਨੇ ਕੋਨੇ ਵਿੱਚ ਕੂਚਦੀ ਪਈ ਆ ਮਾਂ, ਸਹੀ ਕਹਿੰਦੇ ਸਾਰੇ। ਇੱਕ ਮੈਂ ਦੇਖਿਆ ਤੁਸੀਂ ਇੰਸਟਾਗ੍ਰਾਮ ਤੇ ਆਪਣਾ ਨੰਬਰ ਖੁਦ ਦਾ ਦਿੱਤਾ? ਹਾਂਜੀ ਮੈਂ ਦਿੱਤਾ ਸੀ, ਮੈਂ ਕਿਹਾ ਜਿਹਨੂੰ ਨਹੀਂ ਆਉਂਦਾ ਨਾ, ਮੈਂ ਮੇਰਾ ਨੰਬਰ ਆ, ਜਿਹਨੇ ਗੱਲ ਕਰਨੀ ਮੇਰੇ ਨਾਲ ਗੱਲ ਕਰੋ ਮੈਨੂੰ, ਮੈਂ ਕਿਹਾ ਮੈਂ ਨੰਬਰ ਦੇ ਕੇ, ਕਹਿੰਦੇ ਮੈਨੂੰ ਸਾਰੀ ਸੌਣ ਨਹੀਂ ਦਿੰਦੇ। ਹਾਂ ਮੈਨੂੰ ਬੱਚੇ ਆ, ਮੈਂ ਤਾਂ ਫੋਨ ਚੁੱਕਦੀ ਹਾਂ ਰਾਤ ਨੂੰ ਵੀ ਹਾਏ ਕੋਈ ਬੱਚਾ ਮੇਰਾ ਕੋਈ ਮਜਬੂਰ ਚ ਤਾਂ ਨਹੀਂ, ਕੋਈ ਫਸਿਆ ਤਾਂ ਨਹੀਂ ਕਿਤੇ, ਮੈਂ ਫੱਟ ਫੋਨ ਚੁੱਕਦੀ ਮੇਰੇ ਬੱਚੇ ਦੇ ਕੋਈ ਤਕਲੀਫ ਨਾ ਹੋਵੇ, ਕਿਉਂਕਿ ਮੈਂ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹਾਂ। ਬਹੁਤ ਮੁਸ਼ਕਲ ਹੋ ਜਾਂਦਾ ਵੈਸੇ ਕਿਉਂਕਿ ਇੰਨੇ ਜਦੋਂ ਇੰਨੀ ਜ਼ਿਆਦਾ ਵੱਡੀ ਫੈਨ ਫੋਲੋਇੰਗ ਹੁੰਦੀ ਹੈ। ਇੱਕ ਬੱਚਾ ਹੈਗਾ ਇੱਥੇ ਤਰਨ ਤਰਨ ਦਾ, ਉਹ ਮੈਨੂੰ ਫੋਨ ਆਇਆ ਜੇ ਟਿਕਟੋਕ ਤੇ ਲੱਭ ਕੇ, ਮੈਂ ਕਿਹਾ ਉਹ ਫੋਨ ਕਰੀ ਜਾਵੇ ਮੈਂ ਕੱਟੀ ਜਾਵਾਂ ਉਹਦਾ, ਉਹ ਫੋਨ ਕਰੀ ਜਾਵੇ ਮੈਂ ਕੱਟੀ ਜਾਵਾਂ, ਮੈਂ ਕਿਹਾ ਚੱਲ ਚੁੱਕ ਹੀ ਲੈਂਦੇ ਹਾਂ ਵੀ ਕੀ ਗੱਲ ਆ। ਉਹ ਮੁੰਡਾ ਫਾਟਕਾਂ ਦੇ ਉੱਤੇ ਲੰਮਾ ਪਿਆ, ਇੱਥੇ ਸੀਗਾ US ਇਹ ਅਡਿਆਨਾ, ਅਡਿਆਨਾ ਤੋਂ ਸੀ ਕਿ ਕੈਲੀਫੋਰਨੀਆ ਤੋਂ ਸੀ, ਕੈਲੀਫੋਰਨੀਆ ਤੋਂ। ਮੈਂ ਚੱਲ ਮੈਂ ਕੀ ਗੱਲ ਤੂੰ ਇੱਥੇ ਪਿਆ, ਕਹਿੰਦਾ ਮੈਂ ਮਰਨ ਲੱਗਾ। ਮੈਂ ਕਿਹਾ ਨਾ ਮੇਰੇ ਪੁੱਤ ਇਹ ਕੰਮ ਨਾ ਤੂੰ ਕਰ, ਤੂੰ ਆ ਜਾ, ਤੂੰ ਮਰਨਾ, ਤੂੰ ਕਿਉਂ ਮਰਨਾ? ਕਹਿੰਦਾ ਮਾਂ ਮੇਰੇ ਕੋਲ ਕੰਮ ਨਹੀਂ, ਮੇਰੇ ਚਾਰ ਧੀਆਂ ਨੇ, ਮੇਰੇ ਬੱਚੇ ਆ, ਮੈਂ ਕੀ ਕਰਾਂ, ਮੈਨੂੰ ਕੰਮ ਨਹੀਂ ਕੋਈ ਮਿਲਦਾ, ਮੇਰੇ ਰਿਸ਼ਤੇਦਾਰ ਮੈਨੂੰ ਤੰਗ ਕਰਦੇ ਆ। ਮੈਂ ਕਿਹਾ ਤੇਰੀ ਟਿਕਟ ਮੈਂ ਰੱਖਦੀ ਹਾਂ, ਤੂੰ ਉੱਠ ਉੱਠ ਖੜ ਇੱਥੋਂ। ਉਹਦੀ ਮਾਂ ਦਾ ਫੋਨ ਆ ਗਿਆ ਮੈਨੂੰ, ਫਿਰ ਉਹਦੀ ਮਾਂ ਕਹਿੰਦੀ ਵੀ ਇੱਦਾਂ ਕਰਕੇ ਮੁੰਡਾ ਮੱਖੂ ਕਰ, ਉਹ ਮੁੰਡਾ ਇਸ ਟਾਈਮ ਮੈਂ ਆਪਦੇ ਕੋਲ ਬੁਲਾ ਲਿਆ, ਹੁਣ ਟਰੱਕ ਇੱਥੇ ਆ ਗਿਆ ਪਿਆਲਪ ਹੈ, ਕੀ ਨਾਮ ਆ ਦਿਦਾਰ, ਮੈਂ ਤਾਂ ਨਾਮ ਵੀ ਲੈਣਾ ਆਉਂਦਾ ਦਿਦਾਰ। ਮੈਂ ਕਿਹਾ ਮੇਰਾ ਪੁੱਤ ਆ ਨਾ ਤੂੰ ਇੱਥੇ ਆ ਜਾ ਮੇਰੇ ਕੋਲ, ਮੈਂ 10 ਦਿਨ ਆਪਣੇ ਘਰ ਰੱਖਿਆ ਉਹਨੂੰ, ਮੈਨੂੰ ਕੰਮ 'ਤੇ ਲਵਾਇਆ। ਉਹਦੀ ਮਾਂ ਰੋਜ਼ ਮੈਨੂੰ ਫੋਨ ਕਰਦੀ ਹੈ ਵੀ ਤੂੰ ਮੇਰੇ ਬੱਚੇ ਦੀ ਜ਼ਿੰਦਗੀ ਬਣਾਈ, ਮੈਂ ਇਕੱਲਾ ਇਕੱਲਾ ਮੇਰਾ ਪੁੱਤ ਆ, ਕਿਉਂਕਿ ਮੇਰਾ ਵੀ ਪੁੱਤ ਇਕੱਲਾ ਸੀ, ਮੈਂ ਵੀ ਆਪਣਾ ਪੁੱਤ ਗਵਾ ਬੈਠੀ ਹਾਂ। ਮੈਂ ਕਿਹਾ ਤੂੰ ਵੀ ਮੇਰਾ ਪੁੱਤ ਆ, ਇਹ ਕੰਮ ਨਾ ਕਰੀ, ਨਹੀਂ ਕੰਮ ਨਹੀਂ ਤੂੰ ਆ ਜਾ ਮੇਰੇ ਕੋਲ ਆ ਜਾ, ਮੈਂ ਤੈਨੂੰ ਕੰਮ 'ਤੇ ਵੀ ਲਵਾਂਗੀ, ਨਾ ਵੀ ਤੂੰ ਮੇਰੇ ਘਰ ਰਹਿ। ਮੈਂ ਆਪਣੇ ਘਰ ਰਹੇ, ਇਹਨੂੰ ਕੱਪੜੇ ਦਿੱਤੇ, ਇਹਨੂੰ ਆਪਣੇ ਘਰ ਰੱਖਣ ਨੂੰ ਜਗ੍ਹਾ ਰਹਿਣ ਨੂੰ ਦਿੱਤੀ, ਰੋਟੀ ਪਾਣੀ ਖਵਾਇਆ, 10 ਦਿਨ ਮੇਰੇ ਕੋਲ ਰਿਹਾ, ਹੁਣ ਵੀ ਮੈਂ ਇਹਨੂੰ ਕੱਪੜੇ ਭੇਜਿਆ, ਹੁਣ ਵੀ ਮੁੰਡਾ ਗਿਆ। ਮੈਂ ਕਿਹਾ 2 ਪਰੌਂਠੇ ਉਹਦੇ ਵਾਸਤੇ ਵੀ ਲੈ ਜਾ, ਖਾ ਲੂਗਾ। ਇਹ ਮਾਂ ਦਾ ਦਿਲ ਆ ਨਾ ਜਿਹੜਾ, ਇਹ ਮੋਮ ਹੁੰਦਾ, ਇਹ ਮੋਮ ਘੁਟਾਲ ਜਾਂਦਾ। ਮੇਰਾ ਦਿਲ ਪੁੱਤ ਇੱਦਾਂ ਦਾ, ਮੈਂ ਸਾਰੇ ਬੱਚਿਆਂ ਨੂੰ ਪਿਆਰ ਕਰਦੀ ਹਾਂ, ਮੈਂ ਲੜਦੀ ਵੀ ਬਹੁਤ ਹਾਂ, ਅਸੀਂ ਜਸਨ ਨਾਲ ਲੜਦੀ ਹਾਂ, ਲੱਗਦਾ ਨਹੀਂ ਕਿ ਤੁਸੀਂ ਲੜਦੇ ਹੋ, ਨਹੀਂ ਇਹਦੇ ਨਾਲ ਲੜਦੀ ਹਾਂ, ਇਹ ਹਰਦਾ ਨਹੀਂ, ਫਿਰ ਮੈਨੂੰ ਛੇੜ ਕੇ ਜਾਂਦਾ, ਮੈਂ ਲੜ ਪੈਂਦੀ ਹੁੰਦੀ ਹਾਂ। ਫਿਰ ਇਹਨੂੰ ਪਤਾ ਵੀ ਮੇਰੀ ਇਹਦੀ ਮਾਂ ਦਾ ਗੁੱਸਾ ਹੈ ਨੀਗਾ, ਅਤੇ ਮੈਂ ਚੁੱਪ ਕਰ ਜਾ, ਇਹ ਇਹ ਮੇਰਾ ਭੇਤ ਪਾ ਗਿਆ, ਜਿਹੜਾ ਮੇਰਾ ਭੇਤ ਪਾ ਗਿਆ ਤਰ ਗਿਆ। ਮੈਂ ਅੰਦਰੋਂ ਵੀ ਹੋਈ ਹਾਂ ਪੁੱਤ, ਮੈਂ ਬਾਹਰੋਂ ਵੀ ਹੋਈ ਹਾਂ। ਜਿਹੜੇ ਮੇਰੇ ਰਿਸ਼ਤੇਦਾਰ ਨਹੀਂ ਸੀ ਮੈਨੂੰ, ਮਤਲਬ ਕਿ ਵੀ ਨੰਬਰ ਵੀ ਨਹੀਂ ਸੀ ਨਾ, ਉਹ ਵੀ ਹੁਣ ਮੈਨੂੰ ਫੋਨ ਕਰਦੇ, ਐਵੇਂ ਹੋ ਜਾਂਦਾ ਨਾ ਫਿਰ। ਕਹਿੰਦੇ ਜਦੋਂ ਤੇ ਨਹੀਂ ਉੱਡੀ ਗੱਲ, ਹਾਂਜੀ ਉਦੋਂ ਨੇੜੇ ਵਾਲੇ ਵੀ ਕਹਿੰਦੇ ਆ ਕਿ ਨਹੀਂ ਨਹੀਂ, ਮੇਰੇ ਭੈਣ ਮੇਰੇ ਭਰਾ, ਦੋ ਭਰਾ ਬ੍ਰਦਰ ਆ ਮੇਰੇ, ਹਾਂਜੀ, ਤੇ ਬੜਾ ਮਤਲਬ ਕਿ ਅਸੀਂ ਪਿੰਡ ਗਾਗਲ ਆ, ਪਿੰਡੂ ਆ ਅਸੀਂ ਪੂਰੇ, ਹਾਂਜੀ, ਵਾਹੀ ਕੀਤੀ ਆ ਮੈਂ, ਖੇਤੀ ਕੀਤੀ ਆ ਮੈਂ, ਆਪ ਹਲਟ ਪਾਇਆ, ਵਾਹੀਆਂ ਕੀਤੀਆਂ ਮੈਂ, ਝੋਨਾ ਚੁੱਕ ਕੇ ਭਰੀ ਮੈਂ, ਡਰੰਮ ਦੇ ਉੱਤੇ ਮਾਰਦੀ ਸੀ, ਖੁਦ ਝਾੜਿਆ ਮੈਂ, ਹਲਟ 'ਚ ਪਾਣੀ ਮੈਂ ਕੱਢਿਆ, ਕਮਾਦ ਮੈਂ ਛੰਗਿਆ। 1956 ਮੇਰਾ ਜਨਮ ਹੈ, ਉਮਰ ਮੇਰੀ ਜ਼ਿਆਦਾ, ਅਤੇ ਮੈਂ ਆਪਣੇ ਘੱਟ ਦੱਸਦੀ ਹਾਂ, ਖੁਰਾਕਾਂ ਖਾਧੀਆਂ ਪੁੱਤ, ਕੰਮ ਕੀਤਾ, ਨਹੀਂ ਲੱਗਦੇ, ਕਹਿੰਦੇ ਨਹੀਂ ਲੱਗਦੇ, ਕਹਿੰਦੇ ਮਾਤਾ 70 ਦਾ ਲੱਗਦੀ ਨੀ, ਮੈਂ ਕਿਹਾ ਮੈਨੂੰ ਨਜ਼ਰ ਨਾ ਆਈ, ਹਾਲੇ ਮੈਂ ਜਵਾਨ ਹਾਂ, 70 ਦੇ ਤੁਸੀਂ ਬਿਲਕੁਲ ਨਹੀਂ ਲੱਗਦੀ। ਮੈਨੂੰ ਕਹਿੰਦੇ ਮਾਤਾ ਕੱਪੜੇ ਪਾ, ਮੈਂ ਮਾਮਾ ਰੂਲੀਆ ਖੁਰੀਆਂ ਸੋਹਣੇ ਲੱਗਦੀਆਂ, ਮੈਂ ਕਿਹਾ ਮੇਰੇ ਪੁੱਤਾਂ ਨੂੰ ਪੁੱਛ ਕੇ ਵੇਖ। ਮੈਂ ਕੈਨੇਡਾ ਨਹੀਂ ਗਈ, ਕੈਨੇਡਾ ਲੋਕ ਮੈਨੂੰ ਕਹਿੰਦੇ ਤੂੰ ਆ, ਮੈਂ ਕਿਹਾ ਮੈਂ ਨਹੀਂ ਜਾਣਾ, ਤੁਸੀਂ ਮੈਨੂੰ ਗਿਫਟ ਚੁਕਾ ਦੇਣੇ ਏਡੇ ਏਡੇ ਲਫਾਫੇ ਭਰ ਕੇ। ਮੈਂ ਗਈ ਗਹਿਣਾ ਗੱਟੇ ਵਾਲਿਆਂ ਦੇ, ਉਹਨਾਂ ਨੇ ਮੈਨੂੰ ਸੂਟ ਦਿੱਤਾ, ਇੱਕ ਗਿੱਲ ਜੁਐਲਰੀ ਆ,
ਉਹਨਾਂ ਨੂੰ ਸੂਟ ਦੇ, ਮੈਂ ਕਿਹਾ ਅਗਲੇ ਕਹਿੰਦੇ ਸੂਟ ਲੈਣ ਦੇ ਮਰੇ ਹੀ ਆ, ਲੋਕ ਮੈਨੂੰ ਫੋਨ ਵੀ ਬਹੁਤ ਬਹੁਤ ਕਰਦੇ ਆ ਸਾਡੇ ਪ੍ਰਮੋਸ਼ਨ ਕਰੋ, ਮੈਂ ਕਿਹਾ ਮੈਂ ਕਰ ਦੂੰਗੀ, ਮੈਂ ਫ੍ਰੀ, ਮੈਂ ਪੈਸਾ ਪੂਸਾ ਨਹੀਂ ਲੈਣਾ, ਨਾ ਮੇਰੇ ਪੈਸਾ ਮੈਂ ਕਰਨਾ, ਤੁਹਾਡੇ ਪੈਸਾ ਮੈਂ ਇੰਨਾ ਕਰਦੀ ਹਾਂ ਵੀ ਸਾਰਿਆਂ ਦਾ ਸਤਿਕਾਰ ਕਰਦੀ ਹਾਂ ਵੀ ਮੇਰੇ ਬੱਚੇ ਮੇਰੇ ਨਾਲ ਆ, ਇੰਨਾ ਮੈਨੂੰ ਪਿਆਰ ਦਿੱਤਾ ਬੱਚਿਆਂ ਨੇ, ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੈਗਿਆ। ਬੰਗਲਾਦੇਸ਼ 'ਚ ਫੋਨ ਆ ਡਾਕਟਰ ਦਾ, ਕਹਿੰਦਾ ਮਾਂ ਇਹ ਇਕੱਲੇ ਇਕੱਲੇ ਅਕੇਲੇ ਇਕੱਲੇ ਨਾ ਕੂਚ ਵੀ ਕੂਚ ਰਹੇ ਆਪ, ਇੱਕ ਬਾਂਸਰੀ ਉੱਥੇ ਕਹਿੰਦਾ ਵਜਾਉਣ ਲੱਗ ਗਿਆ, ਕਹਿੰਦਾ ਐਸੇ ਕੂਚ ਦੋ ਤੂੰ। ਮੈਂ ਕਿਹਾ ਮੁਝੇ ਹਿੰਦੀ ਨਹੀਂ ਆਤੀ, ਪੰਜਾਬੀ ਵੀ ਬਾਤ ਕਰੋ। ਕਹਿੰਦਾ ਕੋਨੇ ਕੋਨੇ ਮੈਂ ਮਾਂ ਕੀ ਆਵਾਜ਼ ਕੂਚ ਰਹੀ ਹੈ, ਬਹੁਤ ਦੁਨੀਆਂ ਆਉਂਦੀ ਹੈ, ਬਹੁਤ ਬਹੁਤ ਦੂਰ ਦੂਰ ਤੱਕ ਆਉਂਦੀ ਹੈ। ਆਂਟੀ ਜਿਵੇਂ ਤੁਸੀਂ ਦੱਸਿਆ ਹੈ ਨਾ ਕਿ ਤੁਸੀਂ ਜਦੋਂ ਸ਼ੁਰੂ 'ਚ ਨਵੇਂ ਆਏ ਉਦੋਂ ਬਹੁਤ ਮੁਸ਼ਕਲਾਂ ਤੁਸੀਂ ਵੀ ਦੇਖੀਆਂ, ਬਹੁਤ ਮੁਸ਼ਕਲਾਂ, ਪਰ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਮੁਸ਼ਕਲਾਂ ਉਹੀ ਨੇ ਜੋ ਪਹਿਲਾਂ ਆਉਂਦੀਆਂ ਸੀ? ਮੇਰੀ ਪੁੱਤ ਅੰਦਰਲੀ ਆਵਾਜ਼ ਹੁੰਦੀ ਹੈ, ਜੇ ਮੈਨੂੰ ਕਹਿ ਦਿੰਦੇ ਜਲਦੀ ਗੱਲ ਵਿਚਾਲੇ ਵੀ ਮੈਨੂੰ ਇੰਨਾ ਵਿਸ਼ਵਾਸ ਹੈ, ਮੈਂ ਆਪਣੀ ਮਾਂ ਅਤੇ ਮੈਂ ਆਪਣੀ ਮਾਂ ਨੂੰ ਮੰਨਦੀ ਹਾਂ, ਮਹਾਮਾਈ ਨੂੰ, ਮੈਂ ਗ੍ਰੰਥ ਸਾਹਿਬ ਨੂੰ ਮੰਨਦੀ ਹਾਂ, ਮੈਂ ਆਪਣੇ ਘਰ ਸੁਖਨੀ ਸਾਹਿਬ ਪਾਠ ਵੀ ਕਰਾਉਂਦੀ ਹਾਂ, ਮੈਂ ਮੇਰੇ ਘਰ ਮੰਦਰ ਬਣਿਆ ਹੋਇਆ, ਮੈਂ ਉਹਦੀ ਪੂਜਾ ਕਰਦੀ ਹਾਂ, ਮੈਨੂੰ ਇੰਨਾ ਵਿਸ਼ਵਾਸ ਹੈ ਵੀ ਮੈਂ ਕਿਸੇ ਕੋਲੋਂ ਇੱਦਾਂ ਨਹੀਂ ਮੰਗੂੰਗੀ, ਮੈਂ ਇੱਦਾਂ ਹੀ ਕਰੂੰਗੀ, ਮੈਨੂੰ ਇੰਨਾ ਸੰਤੋਖ ਸਬਰ ਦਿੱਤਾ, ਯਕੀਨ ਕਰਕੇ ਜਾਣੂਗੀ ਜਦੋਂ ਮੇਰੇ ਘਰ ਰੋਟੀ ਨਹੀਂ ਕੋਈ ਖਾਣ ਆਉਂਦਾ ਤਾਂ ਮੰਜੇ 'ਚ ਪੈ ਜਾਂਦੀ ਬਿਮਾਰ, ਕੱਲ੍ਹ ਮੈਨੂੰ ਬੁਖਾਰ ਚੜ੍ਹ ਗਿਆ, ਕੋਈ ਰੋਟੀ ਖਾਣ ਨਹੀਂ ਆਇਆ ਬੱਚਾ ਮੇਰਾ, ਰਾਤੀ ਮੈਂ 2 ਗੋਲੀਆਂ ਦਿੱਤੀਆਂ, ਮੈਂ ਆਰਾਮ ਨਾਲ ਸੌਂ ਗਈ, ਮੈਂ ਨੀਂਦ ਆ ਗਈ ਅਤੇ ਮੈਂ ਬਿਮਾਰ ਹੋ ਜਾਂਦੀ, ਮੈਂ ਖਿੱਚ ਖਿੱਚ ਕੇ ਪੈਂਦੀ, ਅੱਜ ਘਰ ਰੋਟੀ ਖਾਣ ਨਹੀਂ ਆਇਆ ਕੋਈ ਮੇਰੇ ਘਰ, ਮੈਂ ਬਿਮਾਰ ਪੈ ਜਾਂਦੀ, ਜਦੋਂ ਰੋਟੀ ਖਾਣ ਦੇ ਤਾਂ ਮੈਂ ਖੁਸ਼ ਹੋ ਜਾਂਦੀ ਹਾਂ ਵੀ ਮੇਰੇ ਬੱਚੇ ਰੋਟੀ ਖਾਣ ਆਏ ਆ, ਕੋਈ ਇੱਦਾਂ ਦੀ ਮਾਂ ਹੋਊਗੀ? ਲੇਕਿਨ ਮੈਂ ਆਪਣੇ ਦਿਲ ਦੀ ਗੱਲ ਤੁਹਾਨੂੰ ਦੱਸਤੀ ਵੀ ਮੈਂ ਰੋਟੀ ਖਵਾ ਕੇ ਮੈਨੂੰ ਸ਼ਾਂਤ ਮਿਲਦੀ ਆ। ਤੁਸੀਂ ਸਾਰੇ ਇੱਕ ਸਾਰੇ ਸੰਸਾਰ ਨੂੰ ਹੀ ਤੁਸੀਂ ਆਪਣਾ ਪਰਿਵਾਰ ਬਣਾਇਆ, ਸਾਰਾ ਸੰਸਾਰ ਸਾਰਿਆਂ ਨੂੰ ਦਿਲੋਂ ਇੱਕੋ ਜਿਹਾ ਪਿਆਰ ਕਰਦੇ, ਮੇਰੇ ਦੁਸ਼ਮਣ ਵੀ ਹੈ ਨਾ ਮੈਂ ਉਹਨੂੰ ਵੀ ਪਿਆਰ ਕਰਦੀ ਹਾਂ, ਲੇਕਿਨ ਮੈਂ ਦੁਖੀ ਵੀ ਬਹੁਤ ਹਾਂ ਅਤੇ ਮੈਂ ਆਪਣਾ ਦੁੱਖ ਦੱਸਦੀ ਨਹੀਂ ਕਿਸੇ ਨੂੰ, ਮੈਂ ਆਪਣਾ ਦੁੱਖ ਅੰਦਰ ਛੁਪਾ ਕੇ ਰੱਖਿਆ ਆ, ਉਹ ਨਿਕਲੂ ਉਦੋਂ ਜਦੋਂ ਮੈਂ ਪਰਮਾਤਮਾ ਕੋਲ ਚਲੀ ਗਈ, ਬਹੁਤ ਦੁਖੀ ਹਾਂ ਮੈਂ, ਲੇਕਿਨ ਮੇਰੇ ਬੱਚੇ ਮੈਨੂੰ ਮੇਰੇ ਨਾਲ ਹੈ ਨਾ, ਮੈਨੂੰ ਕਿਸੇ ਦੀ ਪਰਵਾਹ ਨਹੀਂ, ਤੁਸੀਂ ਸਾਰੇ ਪਰਿਵਾਰ ਹੋ ਮੇਰਾ, ਮੈਨੂੰ ਮੈਨੂੰ ਕੋਈ ਟੈਨਸ਼ਨ ਨਹੀਂ, ਕੁਛ ਨਹੀਂ, ਮੇਰੇ ਬੱਚੇ ਮੇਰੇ ਨਾਲ ਹੈ ਨਾ, ਇੱਕ ਮਾਂ ਦਾ ਪਿਆਰ ਦੀ ਭੁੱਖੀ ਹੁੰਦੀ ਹੈ, ਮਾਂ ਨੇ ਪੈਸਾ ਵੀ ਲੈਣਾ ਤੁਹਾਨੂੰ ਕਹਿ ਦੂੰਗੀ ਵੀ ਮੈਨੂੰ ਦਿਓ, ਤੁਸੀਂ ਮੈਨੂੰ ਮਾੜਾ ਥੋੜ੍ਹਾ ਕਰ ਦੋਗੇ, ਲੇਕਿਨ ਮੈਂ ਪਿਆਰ ਬਹੁਤ ਕਰਦੀ ਹਾਂ ਬੱਚਿਆਂ ਨੂੰ। ਕੱਲ੍ਹ ਰੋਟੀ ਖਾਣ ਲਈ 2 ਬੰਦੇ ਆਏ ਅਤੇ ਮੈਨੂੰ ਕਹਿੰਦੇ ਰੋਟੀ, ਮੈਂ ਕਿਹਾ ਪੁੱਤ ਮੀਂਹ ਪੈਂਦਾ ਮੈਂ ਕੀ ਕਰਾਂ, ਇਹਨੂੰ ਫੋਨ ਕਰਤਾ, ਜੱਸੋ ਨੂੰ ਫੋਨ ਕਰਤਾ, ਬਾਬਿਆਂ ਨੇ, ਮੈਂ ਉਹਨਾਂ ਨੂੰ ਜਵਾਬ ਦਿੱਤਾ ਰੋਟੀ, ਮੈਂ ਕਿਹਾ ਹਾਏ ਬਹੁਤ ਵੈਲੀਕਮ ਤੋਂ ਆਈ ਸੀ ਮੈਂ ਜਾ, ਉਦੋਂ ਬਾਅਦ ਮੈਨੂੰ ਫੋਨ ਆ ਗਿਆ ਕਿਸੇ ਦਾ, ਮੈਨੂੰ 15 ਰੋਟੀਆਂ ਚਾਹੀਦੀਆਂ, ਮੈਂ ਕਿਹਾ ਕੋਈ ਨਾ ਲੈ ਜਾ ਕੇ, ਵੀ ਪੈਂਦੇ ਜੀ ਮੱਕੀ ਰੋਟੀ ਬਣਾਈ ਸਾਗ ਪੈਕ ਕਰਕੇ ਦਿੱਤਾ, ਕਹਿੰਦੇ ਪੈਸੇ ਦੇ ਕੇ ਜਾਣੇ, ਮੈਂ ਕਿਹਾ ਨਹੀਂ ਪੈਸੇ ਨਹੀਂ ਮੈਂ ਲੈਣੇ, ਜ਼ਬਰਦਸਤੀ ਮੈਨੂੰ $40 ਦੇ ਗਿਆ, ਮੈਂ ਚੱਲ ਓਕੇ ਕੋਈ ਗੱਲ ਨਹੀਂ, ਜਿਹੜੇ ਪੁੱਤ ਮੈਂ ਘਰੇ ਬਿਠਾ ਕੇ ਖਵਾਉਂਦੀ ਉਹਦੇ ਮੈਂ ਕੋਈ ਪੈਸਾ ਨਹੀਂ ਲੈਂਦੀ, ਜਿਹੜੇ ਮੈਂ ਟਿਫਨ ਜਾਂਦੇ ਉਹਦਾ ਮੈਂ ਲੈਣਾ ਕਿਉਂਕਿ ਮੈਂ ਗਰੋਸਰੀ ਵੀ ਲੈ ਕੇ ਆਉਂਦੀ ਹਾਂ, ਜਿਹੜਾ ਕੋਈ ਲੈ ਵੀ ਜਾਂਦਾ ਮੈਂ ਤਾਂ ਵੀ ਕਹਿੰਦੀ ਲੈ ਜਾਓ, ਮੇਰੀ ਸ਼ੁਰੂ ਤੋਂ ਆਦਤ ਹੀ ਇੱਦਾਂ ਦੀ ਹੈ ਵੀ ਲੈ ਜਾਓ, ਮਾਂ ਨੂੰ ਕੁਛ ਨਹੀਂ ਚਾਹੀਦਾ, ਤੁਸੀਂ ਰੋਟੀ ਖਾ ਜਾਓ, ਮਾਂ ਕੋਲ ਆ ਗਿਆ। ਬੜਾ ਵੱਡਾ ਇੱਕ ਧਰਵਾਸ ਆ ਜਿਹੜਾ ਤੁਹਾਡਾ ਨਾ, ਜਿਹੜੇ ਬਾਹਰ ਸਾਰੇ ਬੱਚੇ ਬੈਠੇ ਆ, ਜਦੋਂ ਜਦੋਂ ਤੁਸੀਂ ਜਿਵੇਂ ਕਹਿੰਦੇ ਹੋ ਨਾ ਕਿ ਸਾਰੇ ਮੇਰੇ ਪੋਤੇ ਆ, ਸਾਰੇ ਪੋਤੇ, ਇਹ ਇੱਕ ਦਿਲ ਤੱਕ ਗੱਲ ਜਾਂਦੀ ਆ, ਜਿਹੜੇ ਸਾਰੇ ਮੇਰੇ ਦਿਲ ਦੇ ਟੁਕੜੇ ਹੋ ਤੁਸੀਂ, ਮੈਂ ਹੁਣ ਵੀ ਉਹਨਾਂ ਨੂੰ ਉਨਾ ਹੀ ਪਿਆਰ ਕਰਦੀ ਹਾਂ ਜਿੰਨਾ ਮੈਂ ਮੂਵੀ 'ਚ ਬੋਲਦੀ ਹਾਂ ਨਾ, ਉਨੇ ਮੈਂ ਦਿਲ 'ਚ ਬੋਲਦੀ ਹਾਂ, ਮੈਂ ਦੁਆਵਾਂ ਨਿਕਲਦੀ, ਰੋਟੀ ਖਵਾਉਂਦੀ ਹਾਂ, ਮੈਂ ਪਾਠ ਲਾ ਕੇ ਰੋਟੀ ਬਣਾਉਂਦੀ ਹਾਂ ਆਪਣੀ, ਸਵੇਰੇ ਉੱਠਦੀ ਹਾਂ ਪਾਠ ਲਾ ਲੈਂਦੀ ਹਾਂ ਅਤੇ ਮੈਂ ਆਪਣਾ ਪੜ੍ਹਦੀ ਰਹਿੰਦੀ ਹਾਂ ਸਾਰਾ ਪਾਠ, ਅਤੇ ਉਹ ਇੱਕ ਇੱਕ ਬਾਣੀ ਵਿੱਚ ਵੀ ਲਿਖਿਆ ਹੈ ਵੀ ਜਿਹੜਾ ਪ੍ਰਸ਼ਾਦਾ ਬਣਾਉਂਦੇ ਹਾਂ ਉਹਦੇ ਵਿੱਚ ਰਾਮ ਜਾਂ ਪਾਠ ਕੁਛ ਵੀ ਲਿਖੋ ਉਹਦੇ ਵਿੱਚ ਜ਼ਰੂਰ ਆਉਂਦਾ। ਅਤੇ ਜਿਵੇਂ ਆਪਾਂ ਆਹਦੀ ਗੱਲ ਕਰਦੇ ਸੀਗੇ ਕਿ ਤੁਸੀਂ ਨਵੇਂ ਆਏ ਹੈ ਨਾ, ਤੁਹਾਨੂੰ ਬਹੁਤ ਮੁਸ਼ਕਲਾਂ ਆਈਆਂ, ਇਵੇਂ ਹੀ ਜਿਹੜੇ ਹੁਣ ਵੀ ਕੋਈ ਨਵਾਂ ਆਉਂਦਾ ਉਹਨਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ, ਕਈ ਬੱਚੇ ਫਿਰ ਜਿਹੜੇ ਸਟ੍ਰੈਸ 'ਚ ਚਲ ਜਾਂਦੇ, ਹਾਂਜੀ ਚਲੇ ਜਾਂਦੇ ਉਹ ਜਾਂਦੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਵੇਂ? ਉਹਨਾਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਬੁੱਤ ਸਬਰ ਰੱਖੋ, ਪਰਮਾਤਮਾ ਦਾ ਲੜ ਫੜੋ, ਵਾਹਿਗੁਰੂ ਆਪੇ ਦਊਗਾ, ਉਹਦਾ ਲੜਨਾ ਛੱਡਿਓ, ਜਿਹਦੇ ਕੋਲ ਨਹੀਂ ਵੀ ਰੋਟੀ ਪੱਕਦੀ ਪੈਸਾ ਨਹੀਂ ਹੈਗਾ, ਮੈਂ ਤੁਹਾਡੀ ਸੇਵਾ ਕਰਨ ਤਿਆਰ, ਮੇਰੇ ਕੋਲ ਆ ਜਾਓ, ਮੈਂ ਤੁਹਾਡੀ ਕਰੂੰਗੀ ਸੇਵਾ, ਆਉਂਦੇ ਮੇਰੇ ਕੋਲ, ਮੇਰੇ ਕੋਲ ਮੁੰਡੇ 5 ਆਏ ਆ, ਮੈਨੂੰ ਕਹਿੰਦੇ ਅਸੀਂ ਇੰਨੇ ਪੈਸੇ ਨਹੀਂ ਦੇ ਸਕਦੇ, ਅਸੀਂ $300 ਤੁਹਾਨੂੰ ਮਹੀਨੇ ਦੇ ਸਕਦੇ ਹਾਂ, ਸਾਨੂੰ 15 ਰੋਟੀਆਂ ਰੋਜ਼ ਦੀਆਂ ਸਵੇਰ ਅਤੇ ਸ਼ਾਮ ਦੀਆਂ, ਸਾਨੂੰ ਰੋਟੀ, ਮੈਂ ਕੋਈ ਨਾ, ਮੈਂ ਨਹੀਂ ਦੇ ਸਕਦੀ, ਤੁਸੀਂ ਇਹ ਵੀ ਨਾ ਦੇ ਕੇ ਜਾਇਆ ਕਰੋ, ਤੁਸੀਂ ਰੋਟੀ ਲੈ ਜਾਇਆ ਕਰੋ ਮੇਰੇ ਕੋਲ, ਕੋਈ ਗੱਲ ਨਹੀਂ। ਕਹਿੰਦੇ ਨਹੀਂ ਆਂਟੀ
ਤੁਹਾਨੂੰ ਅਸੀਂ ਇੰਨੇ ਪੈਸੇ ਦੇਵਾਂਗੇ, ਤੁਸੀਂ ਸਾਨੂੰ ਰੋਟੀ ਜ਼ਰੂਰ ਦੇ ਦਿਆ ਕਰੋ, ਇੱਕ ਦਿਨ ਨਹੀਂ ਹੋਣਾ, ਅਸੀਂ ਸਾਰੀ ਜ਼ਿੰਦਗੀ ਤੁਹਾਡੇ ਕੋਲ ਰੋਟੀ ਖਾਣੀ ਆ। ਮੈਂ ਕਿਹਾ ਸਾਰੀ ਜ਼ਿੰਦਗੀ ਫ੍ਰੀ ਖਾ ਲਉਂਗੇ, ਤਾਂ ਵੀ ਕੋਈ ਗੱਲ ਨਹੀਂ। ਉਹਨਾਂ ਦੇ 5 ਵਜੇ ਉੱਠ ਕੇ ਰੋਟੀ ਬਣਾਉਂਦੀ ਹਾਂ ਮੈਂ, 11 ਵਜੇ ਪੂਰੇ ਲੈ ਜਾਂਦੇ ਆ। ਅਤੇ ਕੱਲ੍ਹ ਨੂੰ ਮੈਂ ਕਿਹਾ ਮੈਂ ਕਿਹਾ ਇੱਕ ਦਿਨ ਤੁਸੀਂ ਮੇਰੇ ਕੋਲ ਖਾ ਕੇ ਵੀ ਜਾਇਓ ਬਹਿ ਕੇ, ਕਹਿੰਦਾ ਸਵੇਰੇ ਖਾ ਕੇ ਜਾਵਾਂਗੇ, ਜ਼ਿੰਦਗੀ 'ਚ ਪੈਸਾ ਨਹੀਂ ਕੰਮ ਆਉਂਦਾ। ਪੈਸਾ ਪੁੱਤ ਕੰਜਰਾਂ ਕੋਲ ਬਹੁਤ ਹੁੰਦੇ ਆ, ਹੱਥਾਂ ਦੀ ਮਹਿਲ ਆ, ਦੱਸਣ ਨੌ ਉਹਦੀ ਕਮਾਈ ਕਰਕੇ ਖਾਓ, ਕਦੇ ਨਹੀਂ ਘੱਟ ਪੈਂਦਾ, ਕਿਸੇ ਚੀਜ਼ ਦੀ ਨਹੀਂ ਕਮੀ ਰਹੂਗੀ। ਅਤੇ ਹੁਣ ਆਂਟੀ ਜਿਵੇਂ ਅੱਜ ਕੱਲ੍ਹ ਜਿਵੇਂ ਬਾਹਰ ਜਾਂਦੇ ਹੋ ਅਤੇ ਲੋਕ ਪਹਿਲਾਂ ਨਾਲੋਂ ਜ਼ਿਆਦਾ ਪਛਾਣਨ ਲੱਗ ਗਏ ਕਿ ਮੈਂ ਜਾਂਦੀ ਨਹੀਂ, ਮੇਰੇ ਬਾਹਾਂ ਖਿੱਚਦੇ, ਮੈਂ ਜਾਂਦੀ ਨਹੀਂ ਹੁਣ। ਮੇਰੇ ਕੱਲ੍ਹ ਮੇਰੀ ਬੇਟੀ ਕਹਿੰਦੀ ਕਨੇਡਾ ਸਰ, ਮੈਂ ਕਿਹਾ ਮੈਂ ਨਹੀਂ ਜਾਣਾ, ਕਹਿੰਦੀ ਚੱਲ। ਮੈਂ ਕਿਹਾ ਨਾ, ਮੈਂ ਗਈ ਸੀ ਅੱਗੇ, ਐਡੇ ਲਿਫਾਫੇ ਸਿਖਾ ਦੇ, ਪਰਸੋਂ ਮੇਰੇ ਕੋਲ ਪਰਸ ਦੇ ਗਿਆ ਮੈਨੂੰ ਆ ਕੇ, ਗਿਫਟ ਦੇ ਗਿਆ। ਯੂਕੇ ਤੋਂ ਵੀ ਤੁਹਾਨੂੰ ਮੈਸੇਜ ਆਏ ਬਹੁਤ ਜ਼ਿਆਦਾ, ਯੂਕੇ ਫਿਰ ਯੂਕੇ ਜਾਣ ਦਾ? ਯੂਕੇ ਤੇ ਜਾਊਂਗੀ ਮੈਂ, ਪਾਕਿਸਤਾਨ ਵੀ ਜਾਊਂਗੀ ਮੈਂ, ਉੱਥੇ ਵੀ ਜਾਊਂਗੀ। ਉਹਨਾਂ ਵਾਸਤੇ ਪਿੰਨੀਆਂ ਬਣਾ ਕੇ ਲੈ ਕੇ ਜਾਊਂਗੀ। ਮੈਂ ਕਨੇਡਾ ਗਈ ਸੀ ਨਾ ਪਿਛਲੀ ਵਾਰ, ਮੱਕੀ ਰੋਟੀ ਬਣਾ ਕੇ ਲੈ ਗਈ, ਸਾਗ ਲੈ ਗਈ, ਡੱਬੇ ਭਰ ਕੇ ਲੈ ਗਈ, ਇੱਕ ਇੱਕ ਟਿਫਨ ਬੱਚਿਆਂ ਨੂੰ, 5-5 ਰੋਟੀਆਂ ਮੈਂ ਦੇ ਕੇ ਆਈ ਹਾਂ। ਅਤੇ ਹੁਣ ਮੈਂ ਜਾਣਾ ਉੱਥੇ, ਆਪਣਾ ਰੈਸਟੋਰੈਂਟ ਹੈਗਾ ਉੱਥੇ, ਸਾਗ ਦੇ ਪਤੀਲੇ ਰਹਿਣਾ, ਉੱਥੇ ਮੱਕੀ ਰੋਟੀ ਬਣਾਉਣੀ, ਸਾਰਿਆਂ ਨੇ ਉੱਥੇ ਬੁਲਾ ਲੈਣੇ ਵੀ ਆ ਜਾਓ ਖਾ ਲਓ। ਮੈਨੂੰ ਬੁਲਾਇਆ ਉਹਨਾਂ ਨੇ, ਕਹਿੰਦੇ ਤੁਸੀਂ ਆਓ, ਮੈਂ ਕਿਹਾ ਠੀਕ ਹੈ। ਆਂਟੀ ਇਸ ਤੋਂ ਬਿਨਾ ਫਿਰ ਜਿਹੜਾ ਤੁਸੀਂ ਟਿਫਨ ਬਣਾਉਂਦੇ ਹੋ, ਸਾਰਾ ਕਰਦੇ, ਇਸ ਤੋਂ ਬਿਨਾ ਕੀ ਕਰਦੇ ਸਾਰਾ ਦਿਨ ਦੀ ਕੀ ਰੂਟੀਨ ਆ? ਸਾਰਾ ਦਿਨ ਜਿਵੇਂ ਹੁਣ ਪਿੰਨੀਆਂ ਬਣਾ ਲਈਆਂ ਬੱਚਿਆਂ ਦੀ ਰੋਟੀ, ਜਿਵੇਂ ਹੁਣ ਕੱਲ੍ਹ ਨੂੰ ਹੋਰ ਕੁਛ ਖਾਣਾ, ਉਹਨਾਂ ਨੇ ਮੂਲੀਆਂ ਕੱਦੂਕਸ ਕਰਕੇ ਰੱਖ ਲਈ, ਆਲੂ ਉਬਾਲ ਕੇ ਰੱਖ ਲਈ, ਗੋਭੀ ਕੱਦੂਕਸ ਕਰਕੇ ਰੱਖ ਲਈ, ਆਟਾ ਰੋਜ਼ ਗੁੰਨ, ਬਣਾਉਣੀ ਤਾਜ਼ੀ ਆ ਬਈ, ਕੋਈ ਨਹੀਂ ਖਵਾਉਣੀ। ਆ ਹੁਣ ਰਾਜਮਾਂਹ ਬਣਾ ਕੇ ਰੱਖਤੇ, ਜਿਹਦਾ ਜੀ ਕਰਾਂਗੇ ਬੱਚੇ ਖਾ ਜਾਣਗੇ, ਪਰੌਂਠੇ ਬਣਾ ਕੇ ਰੱਖੇ ਮੂਲੀਆਂ ਦੇ, ਜਿਵੇਂ ਤੁਹਾਨੂੰ ਪਤਾ ਸੀ ਉਹਨਾਂ ਨੇ ਆਉਣਾ, ਤੁਹਾਨੂੰ ਖਵਾਤੇ, ਹੋਰ ਬੱਚੇ ਆ ਜਾਣਗੇ, ਰਾਜਮਾਂਹ ਚੌਲ ਖਾ ਲੈਣਗੇ, ਰੋਟੀ ਖਾ ਲੈਣਗੇ। ਸਾਰੀ ਦਿਹਾੜੀ ਮੈਂ ਲੱਗੀ ਰਹਿੰਦੀ ਹਾਂ, ਕਦੇ ਪਿਆਜ਼ ਛਿੱਲਦੇ ਜਾਂ ਲਸਣ ਛਿੱਲ ਕੇ ਰੱਖ ਲਿਆ, ਵੀ ਬੱਚਿਆਂ ਨੇ ਕੱਲ੍ਹ ਨੂੰ ਖਾਣਾ ਕੀ ਬਣਾਈਏ, ਸੋਚਦੀ ਰਹਿੰਦੀ ਹਾਂ। ਮੈਂ ਕਿਹਾ ਅੱਜ ਲਾਜਾ ਰਾਜਮਾਂਹ, ਕਦੇ ਸਾਗ, ਸਾਗ ਤਾਂ ਮੈਂ ਰੋਜ਼ ਚੁੱਲ੍ਹੇ 'ਤੇ ਰਹਿੰਦੀ ਹਾਂ। ਇਹ ਬੇਟਾ ਬਹੁਤ ਚੰਗਾ, ਬਹੁਤ ਮੇਰੀ ਹੈਲਪ ਕਰਾਉਂਦਾ, ਪਰਮਾਤਮਾ ਇਹਨੂੰ ਵੀ ਖੁਸ਼ੀਆਂ ਦੇਵੇ, ਇਹਨੂੰ ਵੀ ਤੰਦਰੁਸਤ ਰੱਖੇ ਮੇਰੇ ਨਾਲ, ਕਿਉਂਕਿ ਮੇਰੀ ਹੈਲਪ ਬਹੁਤ ਕੀਤੀ ਇਹਨੇ, ਇਹੀ ਮੇਰੀ ਮੂਵੀ ਬਣਦਾ, ਇਹੀ ਸਾਰਾ ਕੁਛ ਕਰਦਾ, ਇਹ ਹਰਿਆਣੇ ਤੋਂ ਮੁੰਡਾ। ਹਾਂਜੀ, ਇਹੀ ਨੇ ਜਿਹਨਾਂ ਨੇ ਸਭ ਤੋਂ ਪਹਿਲਾਂ ਤੁਸੀਂ ਦੱਸਿਆ ਐਮੀ ਹੈ ਨਾ? ਨਹੀਂ ਐਮੀ ਨਹੀਂ, ਇਹ ਜਸ਼ਨ, ਜਸ਼ਨ ਹਾਂਜੀ, ਐਮੀ ਦਾ ਟਰੱਕ ਠੀਕ ਕਰਦਾ ਮੁੰਡਾ, ਉਹ ਵੀ ਆਉਂਦਾ ਹੁੰਦਾ। ਹਾਂਜੀ, ਉਹ ਟਰੱਕ ਠੀਕ ਕਰਦਾ, ਇੱਕ ਮੁੰਡਾ ਉਹ ਕਹਿੰਦਾ ਆਂਟੀ ਤੇਰਾ ਦੂਜਾ ਕੌਣ, ਮੈਂ ਸਾਂਭਦਾ ਤੇਰਾ, ਕਿਹੜਾ ਇੰਸਟਾਗ੍ਰਾਮ ਦਾ, ਇੰਸਟਾਗ੍ਰਾਮ ਦਾ, ਕਹਿੰਦਾ ਮੈਂ ਆਪ ਹੀ ਚੈੱਕ ਕਰ ਲਿਆ ਕਰੂੰ। ਇੰਸਟਾਗ੍ਰਾਮ ਦਾ ਇਹ ਇੰਸਟਾਗ੍ਰਾਮ ਚਲਾਉਂਦੇ ਆ ਤੁਸੀਂ? ਨਹੀਂ, ਇਹ ਟਿਕਟੋਕ ਚ ਦੇਖਦੇ। ਠੀਕ ਹੈ, ਮੁੰਡਾ ਸਰਤਾਜ ਉਹ ਕਰਦਾ, ਕਿਉਂਕਿ ਮੈਨੂੰ ਪੁੱਤ ਪੜ੍ਹਨਾ ਨਹੀਂ ਆਉਂਦਾ, ਨਾ ਮੈਨੂੰ ਮੈਸੇਜ ਵੀ ਦੇਖਣਾ ਕੀ ਆ, ਇਹਨੂੰ ਫੜਾ ਦੂੰਗੀ ਫੋਨ, ਦੇਖ ਲੈ ਕੀ ਆ। ਇਹ ਮੈਨੂੰ ਕਹਿੰਦਾ ਕਿਸੇ ਨੂੰ ਫੋਨ ਨਾ ਫੜਾਇਆ ਕਰ, ਮੈਂ ਕੁਛ ਨਹੀਂ ਹੁੰਦਾ। ਕਹਿੰਦੇ ਹੁਣ ਤੂੰ ਪੁਸ਼ਪਾ ਘਰ ਜੋਗੀ ਲੱਗੀ, ਬਾਹਰ ਜੋਗੀ ਨਹੀਂ। ਮੈਂ ਕਿਹਾ ਨਹੀਂ, ਮੈਂ ਉਹੀ ਪੁਸ਼ਪਾ, ਪੁਸ਼ਪਾ ਝੁਕੇਗੀ ਨਹੀਂ, ਮੈਂ ਕਿਹਾ ਉਹ ਪੁਸ਼ਪਾ, ਮੈਂ ਪੁਸ਼ਪਾ ਝੁਕਣ ਵਾਲੀ, ਮੈਂ ਕਿਹਾ ਕਿਸੇ ਤੋਂ। ਠੀਕ ਹੈ, ਪਰਮਾਤਮਾ ਕੋਲ ਝੁਕਦੀ ਹਾਂ ਜਾਂ ਆਪਣੇ ਬੱਚਿਆਂ ਕੋਲ। ਤੇ ਆਪ ਆਪ ਵੀ ਸੋਸ਼ਲ ਮੀਡੀਆ ਚਲਾਉਂਦੇ ਹੋ, ਆਪ ਦੇਖਦੇ ਹੋ ਸੋਸ਼ਲ ਮੀਡੀਆ ਤੇ ਤੁਸੀਂ? ਮੈਂ ਸਾਰਿਆਂ ਟਿਕਟੋਕ ਦੇਖਦੀ ਰਹਿੰਦੀ ਹਾਂ, ਮੈਨੂੰ ਕਹਿੰਦੇ ਆ ਜਾ ਲਾਈਫ, ਮੈਨੂੰ ਨਹੀਂ ਆਉਣਾ ਆਉਂਦਾ ਦੂਜੇ ਨਾਲ ਗੱਲ ਕਰਨੀ, ਇੱਦਾਂ ਆਉਂਦਾ। ਮੈਂ ਤੁਹਾਡੀ ਫੋਟੋ ਦੇਖੀ ਜਾਂਦੀ ਹਾਂ, ਮੈਂ ਸਾਰਿਆਂ ਨੂੰ ਪਿਆਰ ਕਰਦੀ, ਸਭ ਨੂੰ ਦੇਖਦੀ ਹਾਂ, ਮੈਂ ਸਾਰਿਆਂ ਨੂੰ ਦੇਖਦੀ ਹਾਂ, ਸਾਰਿਆਂ ਨੂੰ ਪਿਆਰ ਕਰਦੀ ਹਾਂ ਮੈਂ। ਮੇਰਾ ਨਾਂ ਲੈ ਲੈ ਕੇ ਵੀ ਕੋਈ ਰਿਸ਼ਤਾ ਲਾਉਂਦਾ, ਮੈਨੂੰ ਚੰਗਾ ਲੱਗਦਾ, ਮੈਂ ਲਾ ਲਓ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਮੇਰੇ ਰਿਸ਼ਤਾ ਕਰੋ, ਮੈਨੂੰ ਕੋਈ ਇਤਰਾਜ਼ ਨਹੀਂ। ਤੇ ਹੋਰ ਕੀ ਕੀ ਕਰਨਾ ਪਸੰਦ ਆ? ਜਿਵੇਂ ਰੋਟੀ ਖਵਾਉਣੀ ਬਹੁਤ ਪਸੰਦ ਆ ਤੁਹਾਨੂੰ? ਖਵਾਉਣੀ ਬਹੁਤ ਪਸੰਦ, ਹੋਰ ਉਹਨਾਂ ਦੇ ਭਾਂਡੇ ਚੁੱਕ ਕੇ ਮਾਂਜਣੇ ਬਹੁਤ ਮੈਨੂੰ ਚੰਗੇ ਲੱਗਦੇ ਆ। ਮੈਂ ਕਿਹਾ ਮੈਂ ਕੁੜੀਆਂ ਮੇਰੇ ਭਾਂਡੇ ਮਾਂਜਣਗੀਆਂ, ਮਗਰ ਰਹਿੰਦੇ ਆਪੇ ਮਾਂਜ ਦੂੰਗੀ ਮੈਂ, ਕੋਈ ਗੱਲ ਨਹੀਂ। ਇੱਕ ਕੁੜੀ ਆਉਂਦੀ ਹੁੰਦੀ ਲੰਪੀਆਂ ਤੋਂ, ਕਹਿੰਦੀ ਮੈਂ ਤੇਰੇ ਨਾਲ ਸੇਵਾ ਕਰਾਂਗੀ, ਭਾਂਡੇ ਮਾਂਜਣੇ ਆ। ਮੈਂ ਕੋਈ ਨਾ, ਬਾਕੀ ਮੈਂ ਝਾੜੂ ਪੋਚਾ ਖੁਦ ਘਰ ਦਾ ਸਾਰਾ ਕੰਮ ਮੈਂ ਆਪ ਕਰਦੀ ਹਾਂ, ਰੋਟੀ ਪਾਣੀ ਬਣਾ ਕੇ ਫਿਰ ਮੈਂ ਸਫਾਈ ਰੱਖਦੀ ਹਾਂ, ਚਿੱਟਾ ਮਾਰਦੇ ਸਾਰਾ ਉੱਠ ਕੇ ਅੰਮ੍ਰਿਤ ਵੇਲੇ ਸਫਾਈ ਕਰਕੇ ਫਿਰ ਚੁੱਲ੍ਹੇ 'ਤੇ ਮੈਂ ਕੁਛ ਬਣਾਉਂਦੀ ਹਾਂ, ਪਾਠ ਪੂਜਾ ਕਰਕੇ ਚਿੱਟਾ ਮਾਰ ਕੇ ਸਾਫ਼ ਕਰਕੇ ਝਾੜੂ ਪੋਚਾ ਲਾ ਕੇ ਫਿਰ ਰੋਟੀ ਸ਼ੁਰੂ ਕਰਨੀ ਬਣਾਉਣੀ, ਪਰਮਾਤਮਾ ਦਾ ਨਾਮ ਲੈ ਕੇ, ਕਿਉਂਕਿ ਮੈਨੂੰ ਵਾਹਿਗੁਰੂ ਨੇ ਦਿੱਤਾ ਸਾਰਾ ਕੁਛ। ਆਂਟੀ ਜਿਵੇਂ 26 ਸਾਲ ਤੁਸੀਂ ਦੱਸਿਆ ਹੋ ਗਿਆ, ਉਦੋਂ ਦੇ ਤੁਸੀਂ ਕੰਮ ਕਰਦੇ? ਇੱਕ ਦਿਨ ਹੀ ਬੈਠੀ, ਤੇ ਹੁਣ ਉਮਰ ਕਾਫੀ ਆ, ਵੈਸੇ ਲੱਗਦੀ ਨਹੀਂ ਪਰ ਕਾਫੀ ਉਮਰ ਆ। ਤੇ ਤੁਹਾਨੂੰ ਐਵੇਂ ਨਹੀਂ ਲੱਗਿਆ ਕਦੀ ਕਿ ਹੁਣ ਛੱਡ ਦੇਣਾ ਚਾਹੀਦਾ ਹੁਣ ਕੰਮ? ਜਿੰਨਾ ਚਿਕ ਮੈਂ ਕਹਿੰਦੀ ਹਾਂ ਵੀ ਜਦੋਂ ਮੈਂ ਮਰਨਾ ਵੀ ਨਾ, ਮੈਂ ਰੱਬ ਨੂੰ ਇਹ ਕਹੂੰਗੀ ਹਰੇ ਇੱਕ ਦਿਨ ਠਹਿਰ ਜਾਓ, ਅੱਜ ਮੈਂ ਰੋਟੀ ਬਣਾ ਕੇ ਬੱਚਿਆਂ ਨੂੰ ਖਵਾ ਦਵਾਂ, ਮੇਰੇ ਨਾਲ ਪਿਆਰ ਕਰਦੇ ਬੱਚਿਆਂ ਨੂੰ।
ਕਿਉਂਕਿ ਉਹ ਵਿਚਾਰੇ ਨੇ ਠੰਡੀ ਤੱਤੀ ਖਾਂਦੇ ਰੋਟੀ ਟਰੱਕਾਂ ਵਾਲੇ ਮੁੰਡੇ। ਮੈਂ ਕਿਹਾ ਪੁੱਤ ਆ ਜਾਓ ਕੋਈ ਨਾ ਖਾ ਕੇ ਜਾਓ ਤੁਸੀਂ ਰੋਟੀ, ਮੈਨੂੰ ਚੰਗਾ ਲੱਗਦਾ, ਮੇਰੇ ਬੱਚੇ ਆ, ਮੈਂ ਬਹੁਤ ਪਿਆਰ ਕਰਦੀ ਹਾਂ, ਮੈਂ ਨੀਚ ਜਾਤ ਨਹੀਂ, ਮੈਂ ਨਹੀਂ ਸਮਝਦੀ ਕੁਛ ਵੀ, ਮੈਂ ਪਿਆਰ ਕਰਦੀ ਉਹਨਾਂ ਨੂੰ, ਮੇਰੇ ਬੱਚੇ ਆ, ਸਭ ਨੂੰ ਕਰਦੀ ਹਾਂ। ਮੀਂਹ 'ਚ ਮੇਰੇ ਬੱਚੇ ਕਹਿੰਦੇ ਕਿਤੇ ਬਿਮਾਰ, ਮੈਂ ਕਿਹਾ ਮੈਨੂੰ ਠੰਡ ਨਹੀਂ ਲੱਗਦੀ, ਮੈਂ ਕੀ ਕਰਾਂ, ਉੱਥੇ ਰੋਟੀ ਆ, ਤੁਹਾਡਾ ਸੂਟ ਵੀ ਜ਼ਿਆਦਾ ਮੋਟਾ ਪਤਲਾ ਹੀ ਆ, ਮੈਨੂੰ ਠੰਡ ਨਹੀਂ ਲੱਗਦੀ, ਮੈਂ ਕਿਹਾ ਉੱਥੇ ਬਣਾਉਣੀ ਰੋਟੀ, ਮੈਂ ਇੱਥੇ ਮੈਨੂੰ ਚੰਗਾ ਲੱਗਦਾ। ਮੈਨੂੰ ਆ ਪੰਜਾਬੀ ਕਲਚਰ, ਪਿੱਤਲ ਦੇ ਭਾਂਡੇ, ਛੰਨੇ, ਸ਼ੁਕਰ ਸਭ ਅਸਬੀ ਕੇ ਸਿੱਧੂ ਮੂਸੇ ਲਾਏ ਉੱਪਰ ਚੜ੍ਹਦੇ ਕਲਾਂ 'ਚ ਵਾਹਿਗੁਰੂ ਮੱਖੇ ਮੇਰੇ ਪੁੱਤ। ਇਹ ਇਹ ਮੂਵੀ ਤੋਂ ਪਹਿਲਾਂ ਦਾ ਹੀ ਬਣਾਇਆ ਤੁਸੀਂ? ਸ਼ੁਰੂ ਤੋਂ ਪਹਿਲਾਂ ਦਾ ਬਣਾਇਆ, ਮੇਰੇ ਸ਼ੌਂਕ ਪਤਾ ਨਲਕਾ ਚਾਇਨਾ ਦਾ, ਮੈਂ ਚਾਇਨਾ ਗਈ, ਮੈਂ ਨਲਕਾ ਲਿਆਂਦਾ, ਚਾਇਨਾ ਵੀ ਹੋ ਗਿਆ, ਚਾਇਨਾ ਵੀ ਹੋ ਗਿਆ, ਜਿੰਨੇ ਪਿੱਤਲ ਦੇ ਭਾਂਡੇ ਸਾਰੇ ਪਿੰਡ, ਕੋਈ ਪਿੰਡ 'ਚ ਭਾਂਡਾ ਨਹੀਂ ਛੱਡਿਆ, ਮੈਂ ਲਿਆਈ ਹਾਂ ਮੰਜੇ, ਗਰਮੀ 'ਚ ਆਈ ਹੋ ਮੇਰੇ ਕੋਲ, ਦੇਖ ਦੇਖੇ ਮੇਰੇ ਇੱਥੇ ਰੌਣਕਾਂ, ਸਾਰੇ ਮੰਜੇ ਡੱਠੇ ਹੋਣਗੇ ਇੱਥੇ। ਬਸ ਇੱਕ ਤਮੰਨਾ ਹੈ, ਮੈਂ ਆਪਦੀ ਬੇਟੀ ਨੂੰ ਕਹਿੰਦੀ ਇੱਕ ਤਮੰਨਾ ਮਾਂ ਦੀ ਪੂਰੀ ਕਰ ਦੇ, ਵੀ ਮੈਨੂੰ ਨਾ ਬਹੁਤ ਵੱਡਾ ਜਾੜ ਲੈ ਦੇ, ਉੱਥੇ ਮੈਂ ਕੱਚਾ ਘਰ ਬਣਾਵਾਂ, ਜਿਹੜੇ ਬੱਚੇ ਆਉਣ ਟਰੱਕ ਮੇਰੇ ਇੱਥੇ ਖੜਾਉਣ, ਰਾਤ ਵੀ ਰਹਿਣ, ਉਹ ਦਿਲ ਦੀ ਤਮੰਨਾ, ਉਹ ਵੀ ਹੋ ਜਾਊਗੀ ਪੂਰੀ। ਇੱਥੇ ਮੁੰਡਾ ਹੈਗਾ ਹਰਸ਼, ਉਹ ਕਹਿੰਦਾ ਆ ਜਾ ਮੇਰਾ ਫਾਰਮ ਪਿਆ, ਜਿੱਥੇ ਮਰਜ਼ੀ ਮੰਜੇ ਡਾਲਾ ਅਤੇ ਰੋਟੀ ਪਕਾ, ਜੋ ਮਰਜ਼ੀ ਕਰ, ਵੀ ਤੂੰ ਆ ਜਾ, ਮੇਰਾ ਸਾਥ ਦਿੰਦੇ ਆ, ਇਹ ਨਹੀਂ ਬਿੱਲਾ ਹੈਗਾ, ਇਹ ਕਹਿੰਦਾ ਮੈਂ ਤੇਰੇ ਨਾਲ ਹਾਂ, ਇਹਨੇ ਬੋਲਿਆ ਵੀ ਸੀਗਾ, ਇਹ ਮਾਤਾ ਦਾ ਭਗਤਾ, ਇਹ ਪੇਟਾਂ ਬੜੀ ਬੋਲਦਾ ਮਾਤਾ ਦੀਆਂ, ਗਾਉਂਦਾ ਵੀ ਇਹ, ਪ੍ਰੋਗਰਾਮ ਵੀ ਕਰਦਾ, ਕਹਿੰਦਾ ਤੂੰ ਉਸ ਖਾਰਾ ਖੜਾ ਛੱਡ, ਮੰਦਰ ਬਣ ਬਹਿ ਜਾ, ਆਪਾਂ ਮੰਦਰ ਬਣਾ ਲੈਂਦੇ ਹਾਂ। ਮੈਂ ਕਿਹਾ ਮੇਰੀ ਤਮੰਨਾ ਦਿਲ ਦੀ ਵੀ ਖੁੱਲ੍ਹਾ ਆਵੇ ਟਰੱਕ ਉੱਥੇ ਆਉਣ, ਇਹਨੇ ਮੈਨੂੰ ਕਿਹਾ ਸੀ, ਕਹਿੰਦਾ ਲੈਣਾ ਲੱਗਣਗੀਆਂ ਤੇਰੇ ਘਰੇ, ਉਹੀ ਲੱਗ ਗਈਆਂ, ਇਹ ਪੀਰ ਫਕੀਰ ਆ ਕੋਈ, ਇਹ ਜ਼ਿੰਦਗੀ ਹੈ ਪੁੱਤ ਮੇਰੀ, ਇਹ ਮੇਰੀ ਸਟੋਰੀ ਹੈ। ਆਂਟੀ ਤੁਹਾਨੂੰ ਆਪ ਤੁਹਾਨੂੰ ਕੀ ਖਾਣ ਚ ਆਪ ਤੁਹਾਨੂੰ ਕੀ ਪਸੰਦ ਆ? ਸਹੀ ਗੱਲ ਦੱਸਾਂ, ਮੈਂ ਸਾਰੇ ਬੱਚੇ ਨੂੰ ਰੋਟੀ ਖਵਾ ਕੇ ਮੈਂ ਬਾਅਦ 'ਚ ਖਾਂਦੀ ਹਾਂ, ਅਤੇ ਨਹੀਂ ਵੀ ਆਊ ਮੈਂ ਖਾਂਦੀ ਨਹੀਂ। ਕੋਈ ਚੀਜ਼ ਹੈਗੀ ਜਿਹੜੀ ਤੁਹਾਨੂੰ ਬਹੁਤ ਪਸੰਦ ਆ ਗਈ ਤੁਸੀਂ? ਜੈ ਜੀ ਹੋਈ, ਬਸ ਕੜੀ ਚੌਲ ਖਾ ਲਏ, ਸਾਗ ਖਾ ਲਿਆ, ਬਸ ਇਹ ਮੇਰੀ ਜ਼ਿੰਦਗੀ, ਇਹ ਮੈਨੂੰ ਸਵਾਦ ਆ, ਹੋਰ ਕੋਈ ਜ਼ਿਆਦਾ ਨਹੀਂ। ਕੋਈ ਸਮੋਸੇ ਟਿੱਕੇ ਰੋਜ਼ ਬਣਾਈ ਦੀ ਰੋਟੀ ਖਵਾ ਕੇ ਨਾ ਬੱਚਿਆਂ ਨੂੰ, ਭਾਵੇਂ 4 ਵਜ ਜਾਣ, ਮੈਂ ਰੋਟੀ ਫਿਰ ਖਾਣੀ ਆ। ਇਹ ਮੇਰਾ ਸੀ ਭਾਂਡੇ ਮਾਂਜਦਾ ਪਿਆ ਸੀ, ਇਹ ਕਹਿੰਦਾ ਸੀ ਇੱਕ ਬਿੱਲਾ ਬਿੱਲਾ ਹੈ, ਭਜਨ ਬਹੁਤ ਸੋਹਣੀ ਗਾਉਂਦਾ, ਮੈਂ ਕਰਾਇਆ ਸੀ ਜਗਰਾਤਾ ਪਾਵਲਿਆਂ ਦੇ ਹੋਟਲ 'ਚ ਭਾਂਡੇ ਮਾਂਜਦਾ, ਮੈਂ ਕਿਹਾ ਲਿਆਓ ਉਹਨੂੰ ਬੁਲਾ ਕੇ, ਇਹਦੇ ਭਜਨ ਬੋਲਿਆ, ਇਹਦੇ ਗਿੱਲੇ ਕੱਪੜੇ ਮੈਂ ਜੱਫੀ ਪਾਈ, ਮੈਂ ਕਿਹਾ ਅੱਜ ਤੋਂ ਬਾਅਦ ਤੂੰ ਮੇਰੇ ਪੁੱਤ ਮੈਂ, 12-13 ਸਾਲ ਹੋ ਗਏ, 13 ਸਾਲ ਜਦੋਂ ਮਰ ਵੀ ਗਈ ਨਾ, ਮੇਰੇ ਬਟਰ ਵੀ ਨਹੀਂ ਦੱਬਣਾ, ਮੈਂ ਕਿਹਾ ਮੈਨੂੰ ਲਿਆ, ਮੈਂ ਕਿਹਾ ਆ ਜਾ ਮੇਰੇ ਕੋਲੇ, ਤੂੰ ਭਾਂਡੇ ਨੀ ਮਾਂਜਣਾ ਅੱਜ ਤੋਂ ਬਾਅਦ। ਮਾਤਾ ਕਹਿੰਦੀ ਅੱਜ ਤੋਂ ਬਾਅਦ ਜੇ ਤੂੰ ਦੇਸ਼ ਵਾਸਤੇ ਤੇ ਖੜਾ ਹੋਇਆ ਭਾਂਡੇ ਮਾਂਜੇ, ਤੂੰ ਖਾਂਦੇ ਨਹੀਂ। ਤੁਸੀਂ ਦੱਸੋ ਵੀ ਮੈਂ ਪਿਆਰ ਕਰਦੀ ਹਾਂ ਬੱਚੇ ਨੂੰ ਕਿ ਨਹੀਂ ਕਰਦੀ? ਤੁਸੀਂ ਬਹੁਤ ਬਹੁਤ ਜ਼ਿਆਦਾ। ਦੱਸੋ ਭਾਜੀ ਇੱਥੇ ਮੈਨੂੰ ਲੈ ਕੇ, ਮੈਂ ਕਿਹਾ ਮੈਂ ਮਾਤਾ ਤੇਰੇ ਕੋਲ ਘਰ ਨਹੀਂ ਰਹਿਣਾ, ਸਾਹਮਣੇ ਮੈਨੂੰ ਇੱਥੇ ਮਾਤਾ ਦੇ ਕਿਸੇ ਪਿਆਰ ਵਾਲਿਆਂ ਦਾ ਘਰ ਸੀ ਧਾਲੀਵਾਲ ਪਿੰਡਾਂ ਦਾ, ਉਹਨਾਂ ਦੇ ਘਰ ਰਖਾ ਕੇ ਇੱਕ ਸਾਲ ਉੱਥੇ ਰਖਾ ਕੇ ਮੈਨੂੰ, ਤੇ ਮੈਂ ਤਾਂ ਇੱਕੋ ਗੱਲ ਕਹੀ ਆ, ਮੇਰੀ ਮਾਂ ਤੇ ਇਹ ਮੇਰੀ, ਜੇ ਮੇਰੀ ਮਾਂ ਇੰਡੀਆ ਆ ਤੇ ਇਹ ਮੇਰੀ ਮਾਂ ਆ, ਚਾਹੇ ਕਿਤੇ ਆ, ਇਹਨੂੰ ਮੈਂ ਮਾਂ ਆਪਣੀ ਮੇਰੀ ਮਾਂ ਆ, ਉਸ ਮਾਂ ਨੇ ਮੈਨੂੰ ਜੰਮਿਆ, ਇਸ ਮਾਂ ਨੇ ਮੈਨੂੰ ਇਸ ਕੰਟਰੀ ਦੇ ਵਿੱਚ ਰੱਖਿਆ, ਤੇ ਮੈਂ ਅੱਜ ਕੁਛ ਵੀ ਹਾਂ ਸਭ ਇਸ ਮਾਂ ਦੀ ਬਦੌਲਤ ਹੈ। ਅਸੀਂ ਲੜਦੇ ਵੀ ਹਾਂ, ਕਿਉਂਕਿ ਮੈਂ ਕਈ ਵਾਰੀ ਕਹਿ ਦਿੰਦਾ, ਮਾਤਾ ਕਹਿ ਦਿੰਦੀ ਮੈਂ ਛੱਡ ਲੱਗੀ, ਮੈਂ ਛੱਡਣਾ ਨਹੀਂ, ਚੱਲੀ ਜਾਣਾ, ਉਹ ਕਈ ਵਾਰੀ ਲੋਕ ਦਿਲ ਦੁਖਾ ਦਿੰਦੇ ਹਨ, ਫਿਰ ਮੈਂ ਕਿਹਾ ਮਾਤਾ ਹੁਣ ਤੂੰ ਝੋਲੀ ਪਵਾਈ ਜਾ, ਕੰਮ ਬੰਦ ਨਹੀਂ ਕਰਨਾ, ਇਸ ਕਿਚਨ ਨੂੰ ਆਪਾਂ ਜੇ ਦਾਤਿਆਂ ਨੇ ਚਾਹਿਆ ਅਸੀਂ ਪਾਕਿਸਤਾਨ ਤੇ ਇੰਗਲੈਂਡ ਜਾਣਾ ਅਗਲੇ ਮਹੀਨੇ, ਉੱਥੋਂ ਆ ਕੇ ਤਾਂ ਮੁੜ ਕੇ ਆ ਕੇ ਅਸੀਂ ਇਸ ਕਿਚਨ ਨੂੰ ਵੱਡਾ ਕਰਨ ਲੱਗੇ ਹਾਂ, ਇਸ ਕਿਚਨ ਨੂੰ ਨਾਨਕ ਪਾਤਸ਼ਾਹ ਦੀ ਜਿਹੜੀ ਸੀਗੀ ਕਿਚਨ ਆ ਨਾ ਉਹ ਬਣਾਉਣੀ ਆ, ਨਾਨਕ ਉੱਤੇ ਲਿਖਿਆ ਜਾਊਗਾ, ਨਾਨਕ ਪਾਤਸ਼ਾਹ ਦਾ ਲਿਖਿਆ, ਉਹ ਮਾਤਾ ਉੱਤੇ ਬੈਠ ਕੇ ਅਸੀਂ ਜਗ੍ਹਾ ਲੈ ਕੇ ਉੱਥੇ ਮਾਤਾ ਲੰਗਰ ਤਿਆਰ ਕਰੂਗੀ, ਜੇ ਕੋਈ ਭਰਾ ਮੇਰਾ ਟਰੱਕ ਲੈ ਕੇ ਵੀ ਆਉਂਦਾ ਤੇ ਉਹ ਟਰੱਕ ਇੱਦਾਂ ਪਾਰਕਿੰਗ ਲੱਗੇ, ਆਰਾਮ ਕਰੇ, ਮੰਜਾ ਵਿਛਿਆ ਹੋਊਗਾ, ਆ ਕੇ ਲੰਗਰ ਛਕੇ, ਕੋਈ ਕਿਸੇ ਤਰ੍ਹਾਂ ਦੀ ਗੱਲ ਨਹੀਂ, ਜੋ ਕੁਛ ਵੀ ਆ ਹੁਣ ਇਸ ਮਾਂ ਦੇ ਕੋਲੋਂ ਅਸੀਂ ਇਹੀ ਕੰਮ ਕਰਾਉਣਾ, ਹੋਰ ਨਹੀਂ ਕੁਛ ਕਰਾਉਣਾ, ਔਰ ਬਹੁਤ ਇਹੀ ਕੰਮ ਕੀ ਸੇਵਾ ਹੀ ਕਰਾਉਣੀ ਆ, ਪੈਸਾ ਬਥੇਰਾ ਕਮਾਇਆ ਬਥੇਰਾ ਹੈਗਾ ਆ, ਬਾਕੀ ਇੱਦਾਂ ਦੀ ਕੋਈ ਗੱਲ ਨਹੀਂ, ਚੜ੍ਹਦੀ ਕਲਾ ਆ, ਚੜ੍ਹਦੀ ਕਲਾ ਹੀ ਰਹੇ, ਲੰਗਰ ਕਦੇ ਪਿੰਨੀਆਂ ਵੱਟਣ। ਇੱਕ ਸਾਡੇ ਦਾਤੇ ਕਹਿੰਦੇ ਹੁੰਦੇ ਸੀ, ਇੱਟ ਖੜੁੱਕਾ ਦੁੱਕੜ ਵੱਜੇ, ਮਗਦਾ ਰਵੇ ਚੁੱਲ੍ਹਾ, ਇੱਟ ਖੜੁੱਕਾ
ਦੁੱਕੜ ਵੱਜੇ ਮੰਗਦਾ ਰਵੇ ਚੁੱਲਾ ਆਣ ਫਕੀਰ ਤੇ ਖਾ ਖਾ ਜਾਵਣ ਰਾਜੀ ਰਵੇ ਬੁੱਲਾ। ਇਹ ਚੁੱਲਾ ਮਹਾਮਾ ਇੱਦਾਂ ਹੀ ਮੰਗਦਾ ਰਵੇ ਤਾਂ ਫਕੀਰ ਆ ਕੇ, ਜਿਹੜੇ ਆਉਂਦੇ ਆ ਫਕੀਰੇ ਹੀ ਹੁੰਦੇ ਆ, ਰੱਬ ਦੇ ਬੰਦੇ ਰੱਬ ਦੀਆਂ ਰੂਹਾਂ ਖਾ ਖਾ ਕੇ ਜਾਂਦੀਆਂ। ਤੇ ਇਹ ਨਹੀਂ ਜ਼ਰੂਰੀ ਜਿਹੜਾ ਭੁੱਖਾ ਉਹੀ ਖਾਣ ਆਉਂਦਾ, ਜਿਹਨਾਂ ਦੇ ਘਰਾਂ ਦੇ ਵਿੱਚ 50-50 ਮਿਲੀਅਨ ਦੇ ਪ੍ਰੋਪਰਟੀਆਂ, 50-50 ਮਿਲੀਅਨ ਦੇ ਬਿਜ਼ਨਸ ਆ, ਅਮੀਰ ਬੰਦੇ ਆ, ਉਹ ਵੀ ਮਾਂ ਦੇ ਕੋਲੋਂ ਰੋਟੀ ਖਾ ਕੇ ਜਾਂਦੇ ਆ। ਗੱਲ ਰੋਟੀ ਦੀ ਨਹੀਂ, ਗੱਲ ਉਸ ਰੋਟੀ ਵਿੱਚ ਇਸ਼ਕ ਦੀ ਆ, ਪਿਆਰ ਦੀ ਆ, ਉਸ ਰੋਟੀ ਵਿੱਚ ਇਸ਼ਕ ਆ। ਇੱਕ ਗਾਣਾ ਮੈਂ ਗਾਉਂਦਾ ਹੁੰਦਾ ਸੀ, ਇੱਥੇ ਆਪਣੇ ਕੰਮ ਨਾਲ ਮਤਲਬ ਹੈ, ਕੋਈ ਦੁੱਖ ਤੇ ਦਰਦ ਵੰਡਾਉਂਦਾ ਨਹੀਂ, ਹਰ ਰੋਟੀ ਖਾ ਲਾ ਬੱਚੇ ਆਵੇ ਕੋਈ ਹਾਕਾ ਮਾਰ ਬੁਲਾਉਂਦਾ ਨਹੀਂ, ਪਹਿਲਾਂ ਟੁੱਟ ਕੇ ਮਰਨਾ ਪੈਣਾ ਰੋਟੀ ਤਾਂ ਲੱਭਣੀ, ਨਾ ਜਾਇਓ ਪਰਦੇਸ਼ ਇੱਥੇ ਨਹੀਂ ਮਾਂ ਲੱਭਣੀ, ਪਰ ਹੁਣ ਲੋੜ ਨਹੀਂ, ਹੁਣ ਅਮਰੀਕਾ ਦੇ ਵਿੱਚ ਤਾਂ ਮਾਂ ਬੇਟੀ ਹੈ, ਹੁਣ ਇਹ ਨਾ ਕੋਈ ਨਹੀਂ ਲੱਭਣੀ, ਮਾਂ ਲੱਭ ਪਈ ਆ, ਹੁਣ ਇਹਨੂੰ ਸੰਭਾਲ ਕੇ ਰੱਖਣਾ, ਇਹਨੂੰ ਪਿਆਰ ਕਰਨਾ, ਇਹ ਪੁੱਤਾਂ ਦੇ ਹੱਥ 'ਚ। ਇੱਦਾਂ ਹੀ ਬੇਨਤੀ ਪ੍ਰਵਾਨ ਕਰੋ, ਜ਼ਿਆਦਾ ਮੈਨੂੰ ਸਟੇਜ 'ਤੇ ਬੋਲਦਾ ਹੁੰਦਾ, ਮੈਨੂੰ ਬੋਲਣਾ ਨਹੀਂ ਆਉਂਦਾ। ਥੈਂਕ ਯੂ ਵੈਰੀ ਮਚ। ਅਤੇ ਇੱਕ ਇੱਕ ਆਂਟੀ ਜੀ ਨਾਲ ਆਪਾਂ ਲਾਸਟ ਇੱਕ ਸਵਾਲ ਆਂਟੀ ਜੀ ਨਾਲ, ਜ਼ਰੂਰ ਜ਼ਰੂਰ। ਹਾਂਜੀ ਆਂਟੀ, ਇਹੀ ਮੈਂ ਪੁੱਛਦਾ ਸੀਗਾ ਕਿ ਕੋਈ ਇਹੋ ਜਿਹੀ ਗੱਲ ਜਿਹੜੀ ਤੁਸੀਂ ਬਚਪਨ ਦੀ ਸਿੱਖੀ ਅਜੇ ਤੱਕ ਤੁਹਾਡੇ ਕੰਮ ਆਈ, ਜਿਹੜੀ ਤੁਹਾਡੇ ਘਰਦਿਆਂ ਨੇ ਦੱਸਿਆ ਹੋਵੇ ਜਾਂ ਕੁਛ ਐਵੇਂ? ਘਰਦਿਆਂ ਨੇ ਦੱਸਿਆ ਸੀ, ਸਾਡਾ ਘਰ ਜਿਵੇਂ ਮੇਰਾ ਘਰ ਇਹ ਆ, ਬੈਕ ਸਾਈਡ 'ਤੇ ਸਾਡੇ ਝੋਪੜੀ 'ਚ ਇੱਕ ਸਾਧ ਰਹਿੰਦਾ ਹੁੰਦਾ ਸੀ, ਉਹਦੀ ਲੱਤਾਂ ਹੈ ਨਹੀਂ ਸੀਗੀਆਂ, ਉਹ ਕਿਸਰ ਕਿਸਰ ਕੇ ਤੁਰਦਾ ਹੁੰਦਾ ਸੀ, ਅਤੇ ਮੇਰੇ ਘਰਦਿਆਂ ਨੇ ਕਹਿਣਾ, ਕਿਉਂਕਿ ਮੇਰੀ ਜਿਹੜੀ ਮਾਤਾ ਜੀ ਸੀ ਨਾ, ਉਹਦੀ ਅੱਖਾਂ ਹੈ ਨਹੀਂ ਸੀਗੀਆਂ, ਅੱਖਾਂ ਬਿਲਕੁਲ ਨਹੀਂ ਸੀ, ਡੇਲਾ ਨਹੀਂ ਸੀ ਉਹਦੇ, ਹੁਣ ਦਿਸਦਾ ਨਹੀਂ ਸੀਗਾ। ਉਹ ਕਹਿੰਦੀ ਸੀ ਵੀ ਮੇਰੇ ਧੀਆਂ ਨੇ ਚਾਰ ਆ, ਵੀ ਕੋਈ ਚੰਗਾ ਮਾੜਾ ਮੇਰੇ ਧੀਆਂ ਨੂੰ ਕਹਿ ਦੇ, ਕਿਉਂਕਿ ਪਿੰਡਾਂ 'ਚ ਹਰੇਕ ਦੀ ਧੀ ਉਹ ਆਪਣੀ ਧੀ ਆ, ਇਹ ਸਮਝਦੇ ਹੁੰਦੇ ਸੀ। ਅਤੇ ਉਹਨੇ ਕਹਿਣਾ ਤੂੰ ਸਾਧ ਦੇ ਡੇਰੇ ਤੂੰ ਝੋਪੜੀ 'ਚ ਨਾ ਜਾਇਆ ਕਰ, ਉਹ ਡੇਰੇ 'ਚ ਕਹਿੰਦਾ ਸੁੱਟੀ ਮਾਰ ਜਾਣੀ, ਮੈਨੂੰ ਪਾਣੀ ਦੇ ਜਾਓ, ਉਹਨੂੰ ਇੱਦਾਂ ਦੇ ਘੜੇ ਭਰ ਭਰ ਕੇ ਖੂਹ ਤੋਂ ਮੈਂ ਉਹਦੇ ਪਾਣੀ ਦਿੰਦੀ ਹੁੰਦੀ ਸੀ ਉਹਨੂੰ ਮੈਂ, ਅਤੇ ਘਰੋਂ ਰੋਟੀ ਬਣਾ ਕੇ ਲਪੇਟ ਕੇ ਪਾਉਣੇ ਸੀ, ਮੈਂ ਉਹਨੂੰ ਫੜਾਇਆ ਨਹੀਂ। ਅਤੇ ਘਰਦਿਆਂ ਨੇ ਕਹਿਣਾ, ਕਿਸੇ ਨੇ ਕਹਿਣਾ ਚਾਚੇ ਦੇ ਮੁੰਡੇ ਨੇ ਵੀ ਚੱਲ ਰਹਿਣ ਦੇ, ਦਿੰਦੀਆਂ ਦੇਈ ਜਾਵੇ, ਖਾਈ ਜਾਵੇ ਵਿਚਾਰਾ, ਕੋਈ ਪਿੰਡ ਦਾ ਸਾਰਾ ਦਿਨ ਦੱਸੀ, ਉਹਨੂੰ ਰੋਟੀ ਨਹੀਂ ਸੀ ਪਿੰਡ 'ਚ, ਮੈਂ ਕਿਹਾ ਮੈਂ ਦੇ ਕੇ ਜਾਊਂਗੀ ਰੋਟੀ, ਪਾਣੀ ਦੇ 5-6 ਘੜੇ ਬਣਾ ਕੇ ਉਹਨੂੰ ਮੈਂ ਰੱਖਿਆ ਨਹੀਂ ਉੱਥੇ, ਸ਼ਰਬਤ ਗੁੜ ਘੋਲ ਕੇ ਉਹਨੂੰ ਦੇਣਾ ਵੀ ਤੂੰ ਪੀ ਲੈ, ਉਹਦਾ ਮੈਨੂੰ ਲੱਗਿਆ ਆ ਫਲ, ਮੈਨੂੰ ਲੱਗਦਾ ਮੈਨੂੰ ਹੁਣ ਮਿਲ ਰਿਹਾ, ਉਹਦੀ ਸੇਵਾ ਕੀਤੀ ਹੋਈ। ਸ਼ੁਰੂ ਤੋਂ ਹੀ ਸੁਭਾਅ ਐਵੇਂ ਦਾ ਹੀ ਰਿਹਾ ਫਿਰ? ਸ਼ੁਰੂ ਤੋਂ ਸੁਭਾਅ ਮੈਂ ਘਰੋਂ ਰੋਟੀਆਂ ਲਪੇਟ ਕੇ ਪੌਣੇ 'ਚੋਂ ਲੈ ਜਾਂਦੀ ਹਾਂ, ਦਾਣੇ ਭੁੱਲ ਕੇ ਛੋਲ ਲੈਂਦੇ, ਕਿਉਂਕਿ ਆਮ ਜੱਟਾਂ ਦੇ ਘਰਾਂ 'ਚ ਹੁੰਦੇ ਸੀ, ਅਸੀਂ ਪੰਡਤਾਂ ਦੇ ਘਰੇ ਆ, ਲੇਕਿਨ ਸਾਡੇ ਦੁੱਧ ਦਹੀਂ ਨਹੀਂ ਸੀ ਮੁੱਕਦਾ, ਸਾਡੇ ਕਣਕ ਵਾੜੀ ਜ਼ਮੀਨ ਸੀ ਨਾ, ਅਤੇ ਬਹੁਤ ਜ਼ਿਆਦਾ ਪਰਮਾਤਮਾ ਦਿੱਤਾ, ਮੈਂ ਬੁੱਢੇ ਨੂੰ ਖਵਾਉਂਦੀ ਰਹੀ ਆ, ਉਹ ਮੈਨੂੰ ਪਤਾ ਨਹੀਂ ਇਹੋ ਜਿਹਾ, ਉਹਦਾ ਮੈਨੂੰ ਹੁਣ ਯਾਦ ਆਉਂਦਾ, ਮੈਂ ਉਹਦੀ ਸੇਵਾ ਕੀਤੀ ਅਤੇ ਮੈਨੂੰ ਰੱਬ ਨੇ ਪਲ ਦਿੱਤਾ। ਉਹ ਫਕੀਰ ਸੀ, ਉਹ ਰਿਹਾ ਵੀ ਨਹੀਂ ਸਾਰਾ, 3-4 ਮਹੀਨੇ ਰਿਹਾ, ਉਹ ਸੁਰਗਵਾਸ ਹੋ ਗਿਆ, ਫਿਰ ਪਿੰਡ ਦਿਆਂ ਨੇ ਕੀਤਾ, ਝੋਪੜੀ ਪਾ ਕੇ ਦਿੱਤੀ ਸੀ ਉਹਨੂੰ, ਅਤੇ ਉਹਨੂੰ ਪਾਣੀ ਦੁੱਧ ਅਤੇ ਸ਼ਰਬਤ ਗੁੜ ਵਾਲਾ ਮੈਂ ਨਹੀਂ ਸੀ ਉਹਨੂੰ ਮੁੱਕਣ ਦਿੱਤੀ, ਮੈਂ ਆਪਣੇ ਘਰੋਂ ਚੱਕ ਕੇ ਉਹਨੂੰ ਦੇ ਕੇ ਆਉਣਾ। ਪਹਿਲਾਂ ਬਣਾਉਂਦੇ ਹੁੰਦੇ ਸੀ ਨਾ ਸ਼ਰਬਤ, ਹੁਣ ਤਾਂ ਗੁੜ ਵਾਲਾ ਸ਼ਰਬਤ ਬਣਾਉਂਦੇ, ਸੱਤੂ ਗੁੜ ਜੌਂ ਕੁੱਟ ਕੇ ਇਵੇਂ ਦੇ ਆਉਣਾ, ਠੰਡਾ ਹੁੰਦਾ ਬਾਬੇ ਨੂੰ ਦੇ ਆਵਾਂ, ਗਰਮੀ ਦੇ ਮਹੀਨੇ ਬਰਫ ਕਿਹੜੀ ਹੁੰਦੀ ਜਦੋਂ। ਅਤੇ ਆਹ ਮੇਰੀ ਬਚਪਨ ਦੀ ਸਟੋਰੀ ਆ, ਬਚਪਨ ਤੋਂ ਹੀ ਮੇਰਾ ਦਿਲ ਜਿਵੇਂ ਘਰੋਂ ਜੀ ਚੁੱਕਣੀ, ਗਵਾਂਢੇ ਘਰੇ ਦੀ ਆਉਣੀ, ਉਦੋਂ ਘਰ ਦੇ ਰੋਕਦੇ ਨਹੀਂ ਸੀ ਹੁੰਦੇ, ਘਰ ਦੇ ਰੋਕਦੇ ਸੀ, ਕੁੱਟ ਖਾ ਲੈਂਦੀ ਸੀਗੀ, ਕੁੱਟ ਖਾ ਕੇ ਬਹਿ ਜਾਣਾ, ਮੇਰੇ ਚਾਚੇ ਦੀ ਕੁੜੀਆਂ ਨੂੰ ਪਤਾ ਸਾਰਿਆਂ ਨੂੰ ਵੀ ਕਰਦੀ ਹੈ, ਉਹਨੇ ਕਹਿਣਾ ਚੱਲਦੀ ਆ ਵਿਚਾਰੇ ਨੂੰ, ਕਿਉਂਕਿ ਮੇਰੀ ਮੰਮੀ ਅੱਖਾਂ ਤੋਂ ਨਹੀਂ ਸੀ, ਮੇਰੀ ਮੰਮਾ ਨੂੰ ਦਿਸਦਾ ਨਹੀਂ ਸੀਗਾ। ਅਤੇ ਆਹ ਬਚਪਨ ਦੀ ਗੱਲਾਂ ਸੀ। ਅਤੇ ਸਕੂਲੇ ਭੇਜਣਾ, ਸਕੂਲ ਨਹੀਂ ਜਾਣਾ, ਮੰਦਰ ਜਾ ਕੇ ਬਹਿ ਜਾਣਾ, ਮੰਦਰ ਸਾਰਾ ਧੋ ਲੈਣਾ, ਮਾਤਾ ਨੂੰ ਧੋ ਦੇਣਾ, ਜਿਹੜਾ ਉੱਥੇ ਫਲ ਫਰੂਟ ਚੱਕ ਕੇ ਉਹ ਚੁੱਕ ਕੇ ਖਾ ਲੈਣਾ, ਉਹ ਲਗਨ ਨਾ ਮਾਤਾ ਦੇ ਨਾਲ ਹੀ ਸ਼ੁਰੂ ਤੋਂ ਲੱਗੀ, ਪੜ੍ਹੀ ਨਹੀਂ ਬਸ ਮੈਂ। ਅਤੇ ਮੈਨੂੰ ਕਹਿੰਦੇ ਪੜ੍ਹ ਜਾਂਦੀ, ਚਲ ਮਾੜਾ ਮੋਟਾ ਲਿਖਣਾ ਪੜ੍ਹਨਾ ਮੈਂ ਸਿੱਖ ਲੈਣਾ ਸੀਗਾ, ਅਤੇ ਪੜ੍ਹਨਾ ਨਹੀਂ, ਮੇਰੇ ਭੇਜਿਆ ਮੇਰੀ ਮੰਮੀ ਨੇ ਵੀ ਜਾ ਪੜ੍ਹਿਓ ਜਾ ਕੇ ਜਾਇਓ, ਅਤੇ ਮੈਂ ਜਾਣਾ ਨਹੀਂ, ਨਾਲ ਹੀ ਮੰਦਰ ਸਾਡਾ ਆਪਣਾ ਸੀ, ਉੱਥੇ ਮੰਦਰ ਜਾ ਕੇ ਬਹਿ ਜਾਣਾ, ਉਹਨੂੰ ਮਾਤਾ ਦੇ ਹਾਰ ਸ਼ਿੰਗਾਰ ਕਰੀ ਜਾਣੇ, ਬੈਠੀ ਰਹਿਣਾ। ਆਹ ਬਚਪਨ ਦੀ ਗੱਲਾਂ ਹੁੰਦੀਆਂ ਸੀ, ਉਹੀ ਆਦਤ ਇੱਥੇ ਹੈ, ਜੇ ਕੋਈ ਆ ਗਿਆ ਤਾਂ ਮੈਂ ਕਹਿੰਦੀ ਮੇਰੇ ਘਰੋਂ ਖਾਲੀ ਨਾ ਕੋਈ ਜਾਵੇ, ਮੇਰੇ ਘਰੋਂ ਰੱਜ ਕੇ ਜਾਵੇ। ਫਿਰ ਇਹ ਨਹੀਂ ਨਹੀਂ ਕੁੜੀਆਂ ਵੀ ਆਉਂਦੀਆਂ ਨਾ, ਮੈਂ ਮਾਵਾਂ ਦੇ ਘਰੋਂ ਧੀਆਂ ਜਾਂਦੀਆਂ ਹੁੰਦੀਆਂ, ਖਾਲੀ ਜਾਂਦੀਆਂ ਹੁੰਦੀਆਂ, ਕਨੇਡਾ ਦਵਾਈ ਕੁੜੀ, ਮੈਂ ਸੂਟ ਦਿੱਤਾ, ਕੱਪੜੇ ਦਿੱਤੇ ਉਹਨੂੰ ਕੱਲ੍ਹ, ਮੈਂ ਕਹਿੰਦਾ ਮੇਰੇ ਘਰੋਂ ਖਾਲੀ ਨਹੀਂ ਜਾਣ ਕੀਤੀ ਗਿਆ ਮੇਰੀ, ਮੈਂ ਨਹੀਂ ਤੋਰਨਾ ਇੱਦਾਂ, ਮੈਂ ਮਾਂ ਵਾਂ, ਮੈਂ ਕਿਹਾ ਸਭ ਦੀ ਮਾਂ ਵਾਂ, ਮੈਂ ਤੋਂ ਆਪਣੀ ਧੀਆਂ ਦੀ ਮਾਂ, ਮੈਂ ਤੁਹਾਡੀ ਵੀ ਮਾਂ ਵਾਂ, ਆਹ ਮੇਰੀ ਆਦਤ ਹੈ ਪੁੱਤ। ਇਹ 'ਚ ਮੈਂ ਚੰਗਾ ਕਹਿ ਲਓ ਮਾੜਾ ਕਹਿ ਲਓ ਮੈਨੂੰ ਪਤਾ ਨਹੀਂ। ਬਹੁਤ ਬਹੁਤ ਵਧੀਆ ਜੀ, ਇਹ ਤਾਂ ਤੁਸੀਂ ਜੋ ਵੀ ਕਰ ਰਹੇ ਹੋ, ਅਤੇ ਇਸਦੇ ਨਾਲ ਹੀ ਆਪਾਂ ਆਪਣਾ ਪਹਿਲਾ ਐਪੀਸੋਡ ਸਮਾਪਤ ਕਰਦੇ ਹਾਂ ਜੀ। ਅਤੇ ਬਹੁਤ ਬਹੁਤ ਆਂਟੀ ਜੀ ਦਾ ਇੱਕ ਵਾਰੀ ਫਿਰ ਧੰਨਵਾਦ ਆ।
ਸਸਿਕਾ ਸਾਰਿਆਂ ਨੂੰ, ਸਾਰਿਆਂ ਦੀ ਮਾਂ ਮੈਂ, ਰੋਟੀ ਖਾਣ ਆਇਆ ਕਰੋ ਮੇਰੇ ਬੱਚਿਓ, ਮੈਨੂੰ ਬਹੁਤ ਚੰਗਾ ਲੱਗਦਾ ਤੁਸੀਂ ਮੇਰੇ ਦਿਲ ਦੇ ਟੁਕੜੇ ਹੋ, ਮੇਰੇ ਹੀਰੇ ਹੋ ਹੀਰੇ ਤੁਸੀਂ। ਬਹੁਤ ਵਧੀਆ ਲੱਗਿਆ ਜੀ ਆਂਟੀ ਜੀ ਨਾਲ ਮਿਲ ਕੇ, ਤੇ ਸਾਰਿਆਂ ਦਾ ਵੇਖਣ ਵਾਲਿਆਂ ਦਾ ਧੰਨਵਾਦ, ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਇਹੋ ਜਿਹੀਆਂ ਵੀਡੀਓਸ ਹੋਰ ਵੀ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਨਾਲ। ਮੈਂ ਆਉਂਗੀ ਤੁਹਾਡੇ ਕੋਲ ਚਾਲੂ ਕਰਨੀ ਹਨ ਉੱਥੇ ਮੂਰਤ ਕਰਾਉਣਾ। ਅਮੈਰੀਕਾ ਵਰਗੀ ਐਡਵਾਂਸ ਕੰਟਰੀ ਦੇ ਵਿੱਚ ਪੰਜਾਬੀ ਚੁੱਲ੍ਹਾ ਚੌਂਤਰਾ, ਮੈਂ ਮਾਂ ਜੀ ਨੂੰ ਯਾਰ ਸਲਾਮ ਕਰਦਾ ਹੈ। ਮਾਂ ਜੀ ਨੇ ਅਮੈਰੀਕਾ ਦੇ ਵਿੱਚ ਪੰਜਾਬੀ ਕਲਚਰ ਜਿਹੜਾ ਹੈ ਉਹਨੂੰ ਪ੍ਰਮੋਟ ਕੀਤਾ ਹੈ, ਔਰ ਉੱਥੇ ਪੰਜਾਬੀਆਂ ਦੀ ਸੇਵਾ ਕਰਦੇ ਨੇ, ਲੰਗਰ ਲਗਾਉਂਦੇ ਨੇ। ਇਹ ਕੋਈ ਛੋਟੀ ਜਿਹੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਮਾਂ ਜੀ ਚੜ੍ਹਦੇ ਪੰਜਾਬ ਤੋਂ ਅਮੈਰੀਕਾ ਦੇ ਵਿੱਚ ਗਏ ਨੇ, ਅਤੇ ਅਮੈਰੀਕਾ ਦੇ ਵਿੱਚ ਜਾ ਕੇ ਪੰਜਾਬੀ ਚੁੱਲ੍ਹਾ ਚੌਂਤਰਾ ਬਣਾਇਆ, ਜਿੱਥੇ ਪੰਜਾਬੀ ਖਾਣੇ ਪੱਕਦੇ ਨੇ, ਔਰ ਮਾਂ ਜੀ ਨੇ ਉੱਥੇ ਪੰਜਾਬੀ ਕਲਚਰ ਨੂੰ ਪ੍ਰਮੋਟ ਕੀਤਾ। ਮਾਂ ਜੀ ਦਾ ਕਹਿਣਾ ਹੈ ਕਿ ਮੈਂ ਗੁਰਦੁਆਰੇ ਦੇ ਵਿੱਚ ਵੀ ਸੇਵਾ ਕਰਦੀ ਹਾਂ, ਗੁਰਦੁਆਰੇ ਦੇ ਵਿੱਚ ਜਾ ਕੇ ਲੰਗਰ ਪਕਾਉਂਦੀ ਹਾਂ, ਉਸ ਤੋਂ ਇਲਾਵਾ ਫਿਰ ਆਪਣੇ ਘਰ ਆ ਕੇ ਵੀ ਸੇਵਾ ਕਰਦੀ ਹਾਂ। ਦੇਖੋ ਜੀ, ਜਿਹੜੇ ਲੋਕ ਉੱਥੇ, ਜਿਹੜੇ ਪੰਜਾਬੀ ਜਾਂ ਜਿਹੜੇ ਇੰਡੀਅਨ, ਜਿਹੜੇ ਪਾਕਿਸਤਾਨੀ ਉੱਥੇ ਜ਼ਿਆਦਾ ਪੈਸੇ ਪੇ ਨਹੀਂ ਕਰ ਸਕਦੇ, ਉਹਨਾਂ ਦੀ ਸੇਵਾ ਕਰਦੇ ਨੇ। ਜਿਹਦੇ ਕੋਲ ਪੈਸੇ ਹੁੰਦੇ ਨੇ ਉਹ ਦੇ ਜੇ, ਜਿਹਦੇ ਕੋਲ ਪੈਸੇ ਨਹੀਂ ਹੁੰਦੇ ਉਹ ਨਾ ਦੇ ਕੇ ਜਾਵੇ। ਮਾਂ ਜੀ ਦਾ ਕਹਿਣਾ ਸੀ ਕਿ ਮੈਨੂੰ ਪੈਸੇ ਦੇ ਨਾਲ ਬਿਲਕੁਲ ਪਿਆਰ ਨਹੀਂ ਹੈ, ਪੈਸੇ ਦੇ ਨਾਲ ਬਿਲਕੁਲ ਪਿਆਰ ਨਹੀਂ ਹੈ, ਜਿਹੜਾ ਮਰਜ਼ੀ ਇੱਥੇ ਆਵੇ ਲੰਗਰ ਖਾਵੇ ਤੇ ਜਾਵੇ। ਯਾਰ ਅਮੈਰੀਕਾ ਵਰਗੀ ਏਡੀ ਮਹਿੰਗੀ ਕੰਟਰੀ ਦੇ ਵਿੱਚ ਵੀ ਇੰਜ ਦੀ ਸੇਵਾ ਮਾਂ ਜੀ ਕਰਨ ਦੇ ਨੇ, ਇਹ ਕੋਈ ਛੋਟੀ ਜਿਹੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਦੇਖੋ ਜੀ, ਇਸ ਕੰਮ ਵਾਸਤੇ ਬਹੁਤ ਵੱਡਾ ਜਿਗਰਾ ਚਾਹੀਦਾ ਹੈ, ਔਰ ਇਹ ਜਿਗਰਾ ਜਿਹੜਾ ਹੈ ਇਹ ਪੰਜਾਬੀਆਂ ਕੋਲ ਹੀ ਹੈ, ਹੋਰ ਕਿਸੇ ਕੋਲ ਨਹੀਂ ਹੈਗਾ। ਦੇਖੋ ਜੀ, ਅਮੈਰੀਕਾ ਦੇ ਵਿੱਚ ਕਦੇ ਇੰਜ ਦਾ ਹੋਰ ਕਿਤੇ ਨਿਜ਼ਾਮ ਦੇਖਿਆ ਆਪ ਜੀ ਨੇ? ਬਿਲਕੁਲ ਨਹੀਂ। ਇੰਜ ਦਾ ਨਿਜ਼ਾਮ ਸਿਰਫ ਗੁਰਦੁਆਰਿਆਂ ਦੇ ਵਿੱਚ ਦੇਖਣ ਨੂੰ ਮਿਲਦਾ, ਜਿੱਥੇ ਫ੍ਰੀ ਲੰਗਰ ਜਿਹੜਾ ਛਕਾਇਆ ਜਾਂਦਾ ਹੈ, ਤੇ ਮਾਂ ਜੀ ਆਪਣੇ ਖਰਚੇ ਦੇ ਵਿੱਚੋਂ ਜਿਹੜਾ ਖੁਦ ਕਮਾਉਂਦੇ ਨੇ ਉਹਦੇ ਵਿੱਚੋਂ ਜਿਹੜੇ ਨੌਜਵਾਨ ਬੇਰੋਜ਼ਗਾਰ ਨੇ, ਜਿਹਨਾਂ ਕੋਲ ਰੋਜ਼ਗਾਰ ਨਹੀਂ ਹੈਗਾ, ਉਹਨਾਂ ਨੂੰ ਖਾਣਾ ਖਵਾਉਂਦੇ ਨੇ, ਜਾਂ ਜਿਹੜੇ ਟਰੱਕ ਚਲਾਉਂਦੇ ਨੇ ਉੱਥੇ, ਛੋਟੇ ਛੋਟੇ ਮੁਖਤਲਿਫ ਜਿਹੜੇ ਕੰਮ ਕਰਦੇ ਨੇ ਨੌਜਵਾਨ, ਉਹਨਾਂ ਨੂੰ ਖਾਣਾ ਖਵਾਉਂਦੇ ਨੇ, ਔਰ ਜਿਹਨਾਂ ਕੋਲ ਪੈਸੇ ਹੁੰਦੇ ਨੇ ਉਹ ਦੇ ਜਾਂਦੇ ਨੇ, ਜਿਹਨਾਂ ਕੋਲ ਨਹੀਂ ਹੁੰਦੇ ਉਹ ਉਂਝ ਹੀ ਚਲੇ ਜਾਂਦੇ ਨੇ। ਮਾਂ ਜੀ ਦਾ ਕਹਿਣਾ ਹੈ ਕਿ ਮੈਂ ਇਹ ਲੰਗਰ ਖਵਾਉਣ ਤੋਂ ਇਲਾਵਾ ਵੀ ਹੋਰ ਵੀ ਬਹੁਤ ਸਾਰੇ ਕੰਮ ਕਰਦੀ ਹਾਂ, ਜਿਸ ਤਰ੍ਹਾਂ ਕਿ ਅਮੈਰੀਕਾ ਦੇ ਵਿੱਚ ਜਿਹੜੇ ਨਵੇਂ ਨੌਜਵਾਨ ਹੁੰਦੇ ਜਿਹਨਾਂ ਕੋਲ ਨੌਕਰੀਆਂ ਨਹੀਂ ਹੁੰਦੀਆਂ, ਉਹਨਾਂ ਨੂੰ ਮੈਂ ਨੌਕਰੀਆਂ ਵੀ ਦਵਾਉਂਦੀ ਹਾਂ। ਉਹ ਯਾਨੀ ਕਿ ਦੇਖੋ ਨਾ, ਇੱਕ ਉੱਥੇ ਇੱਕ ਉਹਨਾਂ ਦਾ ਸਰਕਲ ਬਣਿਆ ਹੋਇਆ, ਲੋਕ ਉਹਨਾਂ ਕੋਲ ਆਉਂਦੇ ਜਾਂਦੇ ਰਹਿੰਦੇ ਨੇ, ਉਹਨਾਂ ਕੋਲ ਪੁੱਛ ਗਿੱਛ ਰੱਖਦੇ ਰਹਿੰਦੇ ਨੇ ਕਿ ਤੁਹਾਡੇ ਕੋਲ ਨੌਕਰੀ ਹੈਗੀ ਹੈ ਕੋਈ, ਜਾਂ ਕਿਤੇ ਕੋਈ ਜਗ੍ਹਾ ਖਾਲੀ ਹੈਗੀ ਹੈ, ਉਹ ਫਿਰ ਗੱਲ ਆਪਣੇ ਕੋਲ ਸਾਂਭ ਕੇ ਰੱਖਦੇ ਨੇ, ਜਾਂ ਕਿਸੇ ਜ਼ਰੂਰਤਮੰਦ ਨੂੰ ਜਦੋਂ ਨੌਕਰੀ ਦੀ ਜ਼ਰੂਰਤ ਹੁੰਦੀ ਹੈ ਤੇ ਫਿਰ ਉਹਨਾਂ ਨੂੰ ਨੌਕਰੀ ਦਵਾ ਦਿੰਦੇ ਨੇ। ਕਿੱਡੀ ਵਧੀਆ ਗੱਲ ਹੈ, ਬਹੁਤ ਵਧੀਆ ਸੇਵਾ ਕਰਨ ਲਈ ਹੈ, ਸਪੈਸ਼ਲੀ ਜਿਹੜਾ ਪੰਜਾਬੀ ਕਲਚਰ ਹੈ ਅਮੈਰੀਕਾ ਦੇ ਵਿੱਚ ਪ੍ਰਮੋਟ ਕੀਤਾ ਹੈ, ਉਹ ਬਹੁਤ ਹੀ ਵਧੀਆ ਲੱਗਾ। ਬਾਕੀ ਮਾਂ ਜੀ ਆਪਣੇ ਬੇਟੇ ਦੀ ਤਰਫੋਂ ਬਹੁਤ ਜ਼ਿਆਦਾ ਦੁਖੀ ਵੀ ਨੇ। ਮਾਂ ਜੀ ਨੇ ਆਪਣੇ ਬੇਟੇ ਦੀ ਵਜ੍ਹਾ ਤੋਂ ਦੁਖੀ ਨੇ, ਲੇਕਿਨ ਹੁਣ ਉਹਨਾਂ ਨੇ ਇੰਨੇ ਜ਼ਿਆਦਾ ਬੇਟੇ ਬਣਾ ਲਏ ਨਾ ਕਿ ਮੈਂ ਕਹਿੰਦਾ ਕਿ ਉਹਨਾਂ ਦਾ ਦੁੱਖ ਜਿਹੜਾ ਉਹ ਵੰਡਿਆ ਗਿਆ। ਬਾਕੀ ਮਾਂ ਜੀ ਦੇ ਲਾਗੇ ਭਾਗੇ ਕੋਈ ਰਹਿੰਦਾ, ਬਹੁਤ ਸਾਰੇ ਵੀਰ ਮੈਨੂੰ ਅਮੈਰੀਕਾ ਤੋਂ ਵੀ ਤਾਂ ਦੇਖਦੇ ਆ ਨਾ, ਮਾਂ ਜੀ ਦੇ ਲਾਗੇ ਭਾਗੇ ਕੋਈ ਬੰਦਾ ਰਹਿੰਦਾ ਹੈ ਤੇ ਮਾਂ ਜੀ ਨੂੰ ਇਹ ਮੇਰੀ ਵੀਡੀਓ ਜਿਹੜੀ ਹੈ ਉਹ ਜ਼ਰੂਰ ਦਿਖਾਵੇ। ਮਾਂ ਜੀ ਨੂੰ ਲਹਿੰਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ, ਮਾਂ ਜੀ ਨੂੰ ਇੱਕ ਮੁਸਲਮਾਨ ਵੀਰ ਵੱਲੋਂ ਸਲਾਮ ਹੈ ਕਿ ਉਹ ਬਹੁਤ ਹੀ ਵਧੀਆ ਕੰਮ ਕਰਦੇ ਨੇ। ਤੇ ਖੈਰ, ਵੀਡੀਓ ਦੇਖ ਕੇ ਬਹੁਤ ਵਧੀਆ ਲੱਗਾ ਹੈ, ਬਹੁਤ ਚੰਗਾ ਲੱਗਾ ਹੈ। ਆਪ ਜੀ ਨੂੰ ਕਹਿੰਦਾ ਲੱਗਾ ਹੈ, ਆਪ ਜੀ ਦੀ ਕੀ ਰਾਏ ਹੈ, ਆਪ ਜੀ ਨੇ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਦੱਸਣਾ। ਤੇ ਇਸ ਮੇਰੀ ਅੱਜ ਦੀ ਵੀਡੀਓ, ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ, ਉਦੋਂ ਤੱਕ ਮਿਲਦੇ ਹੋ ਇਜਾਜ਼ਤ, ਰੱਬ ਰਾਖਾ।